Kabbadi Shode Guru Hargobind Meri Peeri Wale ਮੇਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਮਹਾਂਬਲੀ ਗੁਰਦੇਵ ਬੰਦੀ ਛੋੜਦਾਤਾ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਨਾਲ ਪਵਿੱਤਰ ਹੋਈ ਇਹ ਮਹਾਨ ਧਰਤੀ ਸਾਹਿਬ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜਗਤ ਮਾਤ ਮਾਤਾ ਗੰਗਾ ਜੀ ਬਾਬਾ ਬੁੱਢਾ ਸਾਹਿਬ ਭਾਈ ਸਾਹਿਬ ਭਾਈ ਗੁਰਦਾਸ ਜੀ ਜਿੰਨੇ ਸਿੱਖ ਪੰਜਵੇਂ ਪਾਤਸ਼ਾਹ ਜੀ ਦੇ ਨਾਲ ਬ੍ਰਹਮ ਗਿਆਨਤਾ ਵਿੱਚ ਸੰਪੂਰਨ ਸਾਰਿਆਂ ਨੇ ਚਰਨ ਇਸ ਨਗਰ ਵਿੱਚ ਪਾਏ ਸ਼ਾਇਦ
ਦੁਨੀਆ ਦੇ ਇਤਿਹਾਸ ਵਿੱਚ ਇੰਨਾ ਪਵਿੱਤਰ ਨਗਰ, ਜਿਸ ਨਗਰ ਵਿੱਚ ਸਾਹਿਬ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਸਮੇਤ ਉਹਨਾਂ ਸਿੱਖਾਂ ਦੇ ਜਿਹੜੇ ਬ੍ਰਹਮ ਗਿਆਨਤਾ ਵਿੱਚ ਸੰਪੂਰਨ, ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪਾਵਨ ਜਨਮ ਦੇ ਸਮੇਂ ਇਸ ਪਵਿੱਤਰ ਧਰਤੀ 'ਤੇ ਸਿੱਖਾਂ ਦਾ ਇੱਕ ਇਕੱਤਰ ਹੋਣਾ, ਸਮੇਂ ਸਮੇਂ ਦੇ ਨਾਲ ਗੁਰਦੇਵ ਦੇ ਪਾਵਨ ਦਰਬਾਰ ਵਿੱਚ ਪੁੱਜਣਾ, ਤੋ ਹਰ ਸਾਲ ਛੇਵੇਂ ਪਾਤਸ਼ਾਹ ਜੀ ਦੇ ਅਵਤਾਰ ਪੁਰਬ ਨੂੰ ਸਮਰਪਿਤ ਹੋ ਕੇ ਆਪਾਂ ਸ਼ਬਦ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਤਾਬਿਆ ਗੁਰਦੇਵ ਦੀ ਪਾਵਨ ਗੋਦ ਵਿੱਚ ਮਿਲ ਬੈਠ, ਇਹ ਕਰੀਬ ਅੱਧੀ ਕੁ ਰਾਤ ਦਾ ਦੀਵਾਨ ਔਰ ਕੱਲ੍ਹ ਦਾ ਸਾਰਾ ਦਿਨ ਆਪਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਜਨਮ ਦੀ ਖੁਸ਼ੀ ਵਿੱਚ ਸ਼ੁਕਰਾਨੇ ਵਜੋਂ, ਧੰਨਵਾਦ ਵਜੋਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਵਿੱਚ ਬੈਠਣਾ ਹੈ। ਆਓ ਤਨ ਮਨ ਗੁਰੂ ਨੂੰ ਅਰਪਣ ਕਰਕੇ ਕੋਈ ਵੀ ਰਸਨਾ ਫਤਿਹ ਦੇ ਸਿਮਰਨ ਤੋਂ ਵਾਂਝੀ ਨਾ ਰਹੇ, ਉੱਤਰ ਦੇਣ ਦੀ ਕਿਰਪਾਲਤਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੱਥੇ ਇਲਾਕੇ ਵਿੱਚੋਂ ਨਗਰ ਦੀਆਂ ਮਹਾਨ ਸ਼ਖਸ਼ੀਤਾਂ ਇੱਥੇ ਹਾਜ਼ਰ ਨੇ, ਜਿਵੇਂ ਹੁਣੇ ਹੁਣੇ ਪੰਥ ਦੇ ਮਹਾਨ ਵਿਦਵਾਨ ਸਟੇਜ ਦੀ ਸੇਵਾ ਨਿਭਾ ਰਹੇ, ਆਪ ਜੀ ਦੀ ਸੇਵਾ ਵਿੱਚ ਬੇਨਤੀ ਕਰ ਰਹੇ ਸਨ ਭਾਈ ਸਾਹਿਬ ਭਾਈ ਖਜਾਨ ਸਿੰਘ ਜੀ ਕਿ ਸਾਡੇ ਕੋਲ ਇੱਕ ਉਹ ਸ਼ਖਸ਼ੀਅਤ ਹਾਜ਼ਰ ਹੋ ਕੇ ਬੈਠੇ ਨੇ ਜਿਸ ਘਰਾਣੇ ਨੇ ਕੌਮ ਨੂੰ ਬਹੁਤ ਕੁਝ ਦਿੱਤਾ ਹੈ। ਲਗਾਤਾਰ 40 ਸਾਲ ਤੋਂ ਵੱਧ ਕੌਮ ਦੀ ਅਗਵਾਈ, ਔਰ ਉਹਨਾਂ ਤੋਂ ਬਾਅਦ ਮੇਰੇ ਬਹੁਤ ਹੀ ਸਤਿਕਾਰਯੋਗ ਭੈਣ ਜੀ ਬੀਬੀ ਰਜਿੰਦਰ ਕੌਰ ਜੀ ਡਾਕਟਰ, ਜਿਹੜੇ ਆਪਣਿਆਂ ਦੇ ਹੱਥੋਂ ਸ਼ਹੀਦ ਹੋਏ ਨੇ, ਔਰ ਉਹਨਾਂ ਦੀ ਸਪੁੱਤਰੀ ਬੀਬੀ ਕਿਰਨਜੋਤ ਕੌਰ ਜੀ ਸਾਡੇ ਦਰਮਿਆਨ ਖੁਦ ਆਪ ਉਹ ਵਿਦਵਾਨ ਵੀ ਨੇ, ਸਿੱਖ ਸਿਧਾਂਤਾਂ ਨੂੰ ਸਮਝਦੇ ਨੇ, ਤਾਂ ਮੈਂ ਨਗਰ ਵੱਲੋਂ ਉਹਨਾਂ ਨੂੰ ਜੀਉ ਆਇਆਂ ਕਹਿ ਕੇ ਅਰਦਾਸ ਕਰਦਾ ਗਰੀਬ ਨਵਾਜ਼ ਪਾਤਸ਼ਾਹ ਕੌਮ ਦੀ ਸੇਵਾ ਕਰਨ ਦਾ, ਉਹਨਾਂ ਨੂੰ ਬਲ ਬਖਸ਼ਣ। ਜਿਵੇਂ ਆਪਾਂ ਨੂੰ ਪਤਾ ਕਿ ਹਰ ਸਾਲ ਸਹਾਰਾ ਕਲੱਬ ਦੇ ਸਤਿਕਾਰਯੋਗ ਮੈਂਬਰ ਸਾਹਿਬਾਨਾਂ ਵੱਲੋਂ ਕੱਲ੍ਹ ਠੀਕ 5 ਵਜੇ ਇੱਥੇ ਬੱਚੀਆਂ ਔਰ ਲੜਕਿਆਂ ਦੀ ਕਬੱਡੀ ਕਰਵਾਈ ਜਾਂਦੀ ਹੈ, ਉਹਨਾਂ ਸਹਾਰਾ ਕਲੱਬ ਦੇ ਸਮੁੱਚੇ ਤੌਰ 'ਤੇ ਸਾਰੇ ਵੀਰਾਂ ਵੱਲੋਂ ਹੱਥ ਜੋੜ ਕੇ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਕਿ ਠੀਕ ਕੱਲ੍ਹ ਨੂੰ ਸ਼ਾਮ 5 ਵਜੇ ਤੋਂ ਬਾਅਦ ਇੱਥੇ ਬੱਚੀਆਂ ਦੀ ਕਬੱਡੀ ਔਰ ਬੱਚਿਆਂ ਦੀ ਕਬੱਡੀ ਖੇਡਣ ਵਾਲੇ ਤੋਂ ਆਪ ਜੀ ਕਿਰਪਾ ਕਰਕੇ ਜਿਵੇਂ ਹਰ ਸਾਲ ਸਹਿਯੋਗ ਦਿੰਦੇ ਜੇ, ਇੰਝ ਕਬੱਡੀ ਨੂੰ ਵੇਖਣ ਵਾਸਤੇ ਇਹਨਾਂ ਗੁਰੂ ਪਿਆਰਿਆਂ ਨੂੰ ਸਹਿਯੋਗ ਦੇਣਾ ਹੈ। ਸਤਿਕਾਰਯੋਗ ਵੀਰ ਗੁਰਬੀਰ ਸਿੰਘ ਜੀ ਬੱਬੂ ਸਾਹਿਬ, ਪੰਜਾਬ ਪ੍ਰਦੇਸ਼ ਗੱਲਾ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਸਾਹਿਬ, ਉਹਨਾਂ ਵੱਲੋਂ ਕਿਰਤ ਵਿੱਚੋਂ ਮਾਇਆ ਭੇਜੀ ਗਈ। ਸਾਡਾ ਹਰਪ੍ਰੀਤ ਸਿੰਘ ਜੀ ਮਾਇਆ ਭੇਜਦੇ ਨੇ, ਸਰਦਾਰ ਦਵਿੰਦਰ ਸਿੰਘ ਜੀ ਜਿਹੜੇ ਖੁਦ ਫੌਜ ਵਿੱਚ ਆਪ ਸੇਵਾ ਨਿਭਾ ਰਹੇ ਨੇ, ਨਗਰ ਕਸੇਲ ਤੋਂ ਉਹਨਾਂ ਵੱਲੋਂ ਵੀ 100 ਰੁਪਇਆ ਟਾਡੀ ਜਿੱਤੇ ਨੂੰ ਭੇਜਿਆ ਗਿਆ। ਸਤਿਗੁਰੂ ਕਿਰਪਾ ਕਰਨ, ਪੁੱਤਰ ਦੀ ਦਾਤ ਬਖਸ਼ਣ। ਗਰੀਬ ਨਵਾਜ਼ ਮੇਰੇ ਬਹੁਤ ਹੀ ਸਤਿਕਾਰਯੋਗ ਸਾਡੇ ਆਪਣੇ ਨਗਰ ਦੀ, ਔਰ ਬੜਾ ਮਾਣ ਹੈ ਜਿਨ੍ਹਾਂ ਦੇ ਪਿਤਾ ਜੀ ਸਰਦਾਰ ਗੁਰਦਿਆਲ ਸਿੰਘ ਜੀ ਮਾਨ ਸਾਹਿਬ ਲੰਬਾ ਸਮਾਂ ਛਾਟਾ ਸਾਹਿਬ ਦੇ ਮੁੱਖ ਸੇਵਾਦਾਰ ਰਹੇ, ਉਹਨਾਂ ਦੇ ਸਪੁੱਤਰ ਸਰਦਾਰ ਅਜਵੰਤ ਸਿੰਘ ਜੀ ਐਡਵੋਕੇਟ ਸਾਹਿਬ, ਸਿੱਖ ਜੁਡੀਸ਼ੀਅਲ ਦੇ ਮੈਂਬਰ, ਉਹਨਾਂ ਨੇ ਸਮੁੱਚੇ ਪਰਿਵਾਰ ਵੱਲੋਂ ਮਾਇਆ ਭੇਜੀ ਗਈ ਹੈ। ਭੈਣ ਜੀ ਅਰਦਾਸ ਕਰਦੇ ਸਤਿਗੁਰੂ ਗਰੀਬ ਨਵਾਜ਼ ਪਾਤਸ਼ਾਹ ਸੇਵਾ ਕਰਨ ਦਾ ਬਲ ਬਖਸ਼ਣ। ਮੇਰੇ ਬਹੁਤ ਹੀ ਸਤਿਕਾਰਯੋਗ ਸਰਦਾਰ ਜਗਤਾਰ ਸਿੰਘ ਜੀ, ਮੈਨੇਜਰ ਸਾਹਿਬ ਸ਼ਹੂਰਾ ਸਾਹਿਬ, ਔਰ ਸਾਡੀ ਕਈ ਗੱਲਾਂ 'ਤੇ ਭਾਵੇਂ ਆਪਸ ਵਿੱਚ ਮੈਂ ਬੇਨਤੀ ਕਰਾਂ ਕਿ ਸਹਿਮਤੀ ਕਈਆਂ ਦੀ ਨਾ ਹੋਵੇ, ਪਰ ਇੱਕ ਗੱਲ, ਇੱਕ ਤਕੜੇ ਚੰਗੇ ਪ੍ਰਬੰਧਕ ਹੋਣ ਦੇ ਨਾਤੇ
ਸਰਦਾਰ ਜਗਤਾਰ ਸਿੰਘ ਜੀ ਨੇ ਗੁਰਦੁਆਰਾ ਸਾਹਿਬ ਦੀ ਸੇਵਾ ਕਰਨ ਵਾਸਤੇ ਜਿਹੜਾ ਇਹ ਸਮਾਂ ਚੱਲ ਰਿਹਾ ਹੈ, ਅਰਦਾਸ ਕਰਦੇ ਹਾਂ ਗਰੀਬ ਨਵਾਜ ਸੱਚੇ ਪਾਤਸ਼ਾਹ ਉਹਨਾਂ ਨੂੰ ਸਿਹਤ ਯਾਬੀ ਬਖਸ਼ਣ ਔਰ ਗੁਰੂ ਹਰਗੋਬਿੰਦ ਸਾਹਿਬ ਰਹਿਮਤ ਕਰਨ ਆਪਣੇ ਪਾਵਨ ਦਰਬਾਰ ਦੀਆਂ ਸੇਵਾਵਾਂ ਕਰਨ ਦਾ ਸਤਿਗੁਰੂ ਜੀ ਉਹਨਾਂ ਨੂੰ ਬਲ ਬਖਸ਼ਣ। ਸਮਾਂ ਬੜਾ ਪਿਆ, ਸਰਦਾਰ ਸੁਖਦੇਵ ਸਿੰਘ ਜੀ ਮਾਨ ਸਾਹਿਬ ਉਹ ਆਪਣੇ ਪੋਤਰੇ ਕਾਕਾ ਯਾਦਵਿੰਦਰ ਸਿੰਘ ਜਿਹੜੇ ਆਸਟ੍ਰੇਲੀਆ ਵਿੱਚ ਨੇ ਉਹਨਾਂ ਦੀ ਚੜ੍ਹਦੀ ਕਲਾ ਲਈ ਮਾਇਆ ਭੇਜਦੇ ਨੇ। ਮੇਰੇ ਭਰਾਵਾਂ ਦੇ ਵਾਂਗ ਸਰਦਾਰ ਜਸਵੰਤ ਸਿੰਘ ਜੀ ਚੱਕੀ ਵਾਲੇ ਉਹਨਾਂ ਦੇ ਸਪੁੱਤਰਾਂ ਵੱਲੋਂ ਮਾਇਆ ਭੇਜੀ ਗਈ ਹੈ ਸਤਿਗੁਰੂ ਚੜ੍ਹਦੀ ਕਲਾ ਬਖਸ਼ਣ ਗਰੀਬ ਨਵਾਜ ਪਾਤਸ਼ਾਹ ਰਹਿਮਤ ਭਰਿਆ ਸਿਰ ਤੇ ਆਤਰਾ। ਮੇਰੇ ਸਤਿਕਾਰਯੋਗ ਵੀਰ ਸਰਦਾਰ ਮੱਖਣ ਸਿੰਘ ਜੀ ਪਹਿਲਵਾਨ ਸਾਹਿਬ, ਸਰਦਾਰ ਹਰਜੀਤ ਸਿੰਘ ਜੀ ਫੌਜੀ ਸਾਹਿਬ, ਮੇਰੇ ਸਤਿਕਾਰਯੋਗ ਅਜੀਜ਼ ਬੱਚਿਆਂ ਦੇ ਵਾਂਗ ਭਾਈ ਗੁਰਪ੍ਰਤਾਪ ਸਿੰਘ ਜੀ ਪਦਮ ਦੇ ਪਰਿਵਾਰ ਵੱਲੋਂ, ਪਿਤਾ ਜੀ ਉਹਨਾਂ ਦੇ ਬੈਠੇ ਨੇ, ਉਹਨਾਂ ਵੱਲੋਂ ਮਾਇਆ ਭੇਜੀ ਗਈ ਹੈ ਸਤਿਗੁਰੂ ਚੜ੍ਹਦੀ ਕਲਾ ਬਖਸ਼ਣ। ਲੁਧਿਆਣ ਦੇ ਅਜੇ ਸਿੱਖ ਇਤਿਹਾਸ ਦੀ ਮੈਂ ਆਪ ਜੀ ਦੀ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਵਿੱਚ ਜਿਨ੍ਹਾਂ ਦਾ ਅੱਗੇ ਵੀ ਜ਼ਿਕਰ ਆਪ ਜੀ ਨੇ ਸਰਵਣ ਕੀਤਾ ਹੈ, ਤੁਹਾਡੇ ਹਲਕੇ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ, ਇੱਕ ਇੱਕ ਵੋਟ ਤੁਸੀਂ ਉਹਨਾਂ ਨੂੰ ਪਾਈ ਸਹਿਯੋਗ ਮੈਂਬਰ ਹੋਣ ਦੇ, ਜਿੱਥੇ ਬੀਬੀ ਜੀ ਸਾਡੇ ਦਰਮਿਆਨ ਅੱਜ ਗੁਰਦੇਵ ਦੇ ਪਾਵਨ ਚਰਨਾਂ ਵਿੱਚ ਹਾਜ਼ਰ ਬੈਠੇ ਨੇ, ਸਤਿਕਾਰਯੋਗ ਸਰਦਾਰ ਬਾਬਾ ਸਿੰਘ ਜੀ ਗੁਮਾਨਪੁਰਾ ਸਾਹਿਬ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹ ਵੀ ਸਾਡੇ ਦਰਮਿਆਨ ਪੁੱਜੇ ਨੇ। ਮੈਂ ਸਟੇਜ 'ਤੇ ਖੜ੍ਹਾ ਉਹਨਾਂ ਨੂੰ ਜੀਉ ਆਇਆ ਕਹਿੰਦਾ, ਅਰਦਾਸ ਕਰਦਾ ਗਰੀਬ ਨਵਾਜ ਪਾਤਸ਼ਾਹ ਰਹਿਮਤ ਭਰਿਆ ਸਿਰ 'ਤੇ ਹੱਥ ਰੱਖਣ। ਸਰਦਾਰ ਬਲਦੇਵ ਸਿੰਘ ਜੀ ਬੱਬੂ ਸਾਹਿਬ ਪੰਜਾਬ ਮਿੰਨੀ ਬੱਸਾਂ ਦੇ ਚੇਅਰਮੈਨ ਸਾਹਿਬ, ਉਹਨਾਂ ਵੱਲੋਂ ਵੀ ਮਾਇਆ ਭੇਜੀ ਗਈ, ਇਹ ਖੁਦ ਆਏ ਨੇ। ਸਰਦਾਰ ਸੇਵਾ ਸਿੰਘ ਜੀ ਸੂਬੇਦਾਰ ਸਾਹਿਬ, ਉਹਨਾਂ ਵੱਲੋਂ ਮਾਇਆ ਭੇਜੀ ਗਈ ਹੈ। ਸਰਦਾਰ ਜਗਤਾਰ ਸਿੰਘ ਜੀ ਮਾਨ ਸਾਹਿਬ, ਉਹਨਾਂ ਵੱਲੋਂ ਮਾਇਆ ਭੇਜੀ ਗਈ ਹੈ। ਔਰ ਮੇਰੇ ਸਤਿਕਾਰਯੋਗ ਸਰਦਾਰ ਬਾਬਾ ਸਿੰਘ ਜੀ ਦੇ ਨਾਲ ਆਏ ਹੋਏ ਬਹੁਤ ਸਾਰੇ ਸਤਿਕਾਰਯੋਗ ਵੀਰਾਂ ਵੱਲੋਂ ਮਾਇਆ ਭੇਜੀ ਗਈ ਹੈ। ਅਰਦਾਸ ਕਰਦਿਆਂ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਰਹਿਮਤ ਕਰਨ ਅਤੇ ਸਾਰਿਆਂ ਦੀ ਹਾਜ਼ਰੀ ਆਪਣੇ ਦਰ 'ਤੇ ਪ੍ਰਵਾਨ ਕਰਨ। ਇੱਕ ਭੈਣ ਜੀ ਪੁੱਤਰ ਲਈ ਅਰਦਾਸ ਕਰਾਉਂਦੇ ਨੇ ਸਤਿਗੁਰੂ ਗਰੀਬ ਨਵਾਜ ਛੇਵੇਂ ਪਾਤਸ਼ਾਹ ਰਹਿਮਤ ਭਰਿਆ ਸਿਰ 'ਤੇ ਹੱਥ ਰੱਖ ਕੇ ਭੈਣ ਜੀ ਦੀ ਅਰਦਾਸ ਆਪਣੇ ਚਰਨਾਂ 'ਚ ਪ੍ਰਵਾਨ ਕਰਨ। ਆਪ ਜੀ ਮੇਰੇ ਤੋਂ ਪਹਿਲਾਂ ਬੱਚੀਆਂ ਦੇ ਜੱਥੇ ਪਾਸੋਂ ਜਿਸ ਇਤਿਹਾਸ ਦੀ ਉਰੰਭਤਾ ਕਰਨ ਲੱਗੇ ਸਨ ਕਿ 30 ਮਈ 1606 ਦਾ ਦਿਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ 33 ਤਵੀ 'ਤੇ ਬਿਠਾ ਕੇ ਸੀਸ 'ਤੇ ਪੈਂਦੀ ਗਰਮ ਰੇਤ, ਉੱਬਲਦੀ ਦੇਗ ਦਾ ਉਬਾਲਾ, ਕਦੇ ਅਗਨੀ ਦੀ ਭੇਟ ਹੋਏ ਸਰੀਰ ਨੂੰ ਦਰਿਆ ਰਾਵੀ ਦੀ ਭੇਂਟ ਕੀਤਾ ਗਿਆ, ਜਨੂਨੀ ਲੋਕਾਂ ਦੇ ਹੱਥਾਂ ਵਿੱਚ ਪੱਥਰ ਫੜਾਏ ਗਏ ਔਰ ਸੰਗਸਾਰ ਕਰਨ ਦੀ ਸਜ਼ਾ ਹਜ਼ੂਰ ਨੂੰ ਦਿੱਤੀ ਗਈ ਹੈ। ਧੰਨ ਗੁਰੂ ਅਰਜਨ ਦੇ ਪਾਤਸ਼ਾਹ 33 ਤਵੀ 'ਤੇ ਬੈਠੇ ਨੇ, ਸੀਸ 'ਤੇ ਗਰਮ ਰੇਤ ਪੈ ਰਹੀ ਹੈ, ਜਿਸਮ ਦੇ ਛਾਲੇ ਭਰਦੇ ਨੇ, ਫਿਸ ਜਾਂਦੇ ਨੇ, ਖੂਨ ਅਤੇ ਚਰਬੀ ਦੀਆਂ ਧਾਰਾਂ 33 ਤਵੀ ਤੋਂ ਅੱਗ ਉੱਤੇ ਪੈਂਦੀਆਂ ਵੇਖ ਸਧਾਰਨ ਲੋਕਾਂ ਦੀ ਨਿਗਾਹ ਨੇ ਭੁਲੇਖਾ ਖਾਧਾ ਹੈ ਕਿ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਪਾਵਨ ਸਰੀਰ ਵਿੱਚੋਂ ਅੱਗ ਦੇ ਕਾਰਨ, 33 ਤਵੀ ਦੇ ਕਾਰਨ, ਪੈਂਦੀ ਰੇਤ ਗਰਮ ਦੇ ਕਾਰਨ, ਖੂਨ ਅਤੇ ਚਰਬੀ ਦੀਆਂ ਦੋ ਧਾਰਾਂ 33 ਤਵੀ ਤੋਂ ਅੱਗ ਉੱਤੇ ਪੈ ਰਹੀਆਂ ਨੇ। ਪਰ ਅਧਿਆਤਮਕਵਾਦੀ ਲੋਕ, ਗੁਰੂ ਨਾਨਕ ਦੀ ਸਿੱਖੀ ਨਾਲ ਜੁੜੇ ਹੋਏ ਲੋਕ, ਜਿਹੜੇ ਗੁਰੂ ਨਾਨਕ ਦੇ ਏਜੰਡੇ ਨੂੰ ਜਾਣਨ ਵਾਲੇ ਲੋਕ, ਉਹ ਇਹ ਗੱਲ ਕਹਿੰਦੇ ਨੇ ਕਿ ਪੰਜਵੇਂ ਪਾਤਸ਼ਾਹ ਜੀ ਦੇ ਪਾਵਨ ਸਰੀਰ ਵਿੱਚੋਂ ਖੂਨ ਅਤੇ ਚਰਬੀ ਦੀਆਂ ਦੋ ਧਾਰਾਂ ਨਹੀਂ ਬਲਕਿ ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਨੇ ਜੋ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਮਿਆਨ ਵਿੱਚ ਪੈ ਰਹੀਆਂ ਨੇ। ਸਮਾਂ ਆਇਆ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ 11 ਸਾਲ ਦੀ ਉਮਰ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਗੱਦੀ ਦੇ 6ਵੇਂ ਉੱਤਰਾਧਿਕਾਰੀ ਔਰ ਗਰੀਬ ਨਵਾਜ ਪਾਤਸ਼ਾਹ ਦੀ ਤਖ਼ਤ 'ਤੇ ਬਹਿੰਦਿਆਂ ਸਾਰ ਜਹਾਂਗੀਰ ਨੇ ਵੇਖਿਆ ਕਿ ਕੌਮ ਲੀਡਰ ਰਹਿਤ ਹੋ ਗਈ ਹੈ, ਕੌਮ ਗੁਰੂ ਰਹਿਤ ਹੋ ਗਈ ਹੈ ਔਰ 11 ਸਾਲ ਦੀ ਉਮਰ 'ਚ ਬੈਠਾ ਗੁਰੂ ਸ਼ਾਇਦ ਕੌਮ ਨੂੰ ਅਗਵਾਈ ਨਾ ਦੇ ਸਕੇ। ਲਾਹੌਰ ਤੋਂ ਇੱਕ ਫਰਮਾਨ ਜਾਰੀ ਕੀਤਾ ਕਿ ਕੋਈ ਗੈਰ ਮੁਸਲਮਾਨ
ਆਪਣੇ ਸਿਰ ਤੇ ਪੱਗ ਨਾ ਬੰਨੇ, ਘੋੜਾ ਨਾ ਰੱਖੇ, ਸ਼ਸਤਰ ਨਾ ਰੱਖੇ, ਫੌਜ ਨਾ ਰੱਖੇ। ਪਾਬੰਦੀ ਲਾ ਦਿੱਤੀ ਗਈ ਕਿ ਜ਼ਮੀਨ ਤੋਂ 2 ਫੁੱਟ ਉੱਚੇ ਥਾਂ ਤੇ ਕੋਈ ਨਾ ਬੈਠੇ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਫਿਰ ਕੌਮ ਦੇ ਕੋਲੋਂ 3 ਗੱਲਾਂ ਦੀ ਮੰਗ ਕੀਤੀ ਹੈ। ਜੰਗ 'ਚ ਲੜਨ ਲਈ ਚੰਗੀ ਜਵਾਨੀ ਚਾਹੀਦੀ ਹੈ, ਜੰਗ ਵਿੱਚ ਲੜਨ ਲਈ ਚੰਗੇ ਸ਼ਸਤਰਾਂ ਦੀ ਲੋੜ ਹੈ, ਜੰਗ ਵਿੱਚ ਲੜਨ ਲਈ ਚੰਗੇ ਘੋੜਿਆਂ ਦੀ ਲੋੜ ਹੈ। ਸਤਿਗੁਰੂ ਜੀ ਨੇ ਦੋਹਰੀਆਂ ਦਸਤਾਰਾਂ ਹਜ਼ੂਰ ਸੀਸ 'ਤੇ ਕਲਗੀ ਸਜਾ ਕੇ ਜ਼ਮੀਨ ਤੋਂ 12 ਫੁੱਟ ਉੱਚਾ, ਲਾਹੌਰ ਦੇ ਤਖ਼ਤ ਤੋਂ 5 ਫੁੱਟ ਉੱਚੇ ਇੱਕ ਤਖ਼ਤ ਦੀ ਰਚਨਾ ਕਰਨ ਲਈ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਸਾਹਮਣੇ ਜਿਸ ਤਖ਼ਤ ਦੀ ਰਚਨਾ ਕਰਨੀ ਹੈ, ਇਹਦੇ ਵਾਸਤੇ ਹਜ਼ੂਰ ਨੇ ਫਿਰ ਪੂਰੇ ਸਿੱਖ ਜਗਤ ਨੂੰ ਚਿੱਠੀਆਂ ਪਾ ਕੇ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਸਾਹਮਣੇ ਬੁਲਾਇਆ। ਹਜ਼ੂਰ ਕਹਿਣ ਲੱਗੇ ਕਿ ਜਹਾਂਗੀਰ ਨੇ ਚੈਲੇਂਜ ਦਿੱਤਾ ਹੈ, ਔਰ ਇਹਦੇ ਚੈਲੇਂਜ ਨੂੰ ਪ੍ਰਵਾਨ ਕਰਨ ਵਾਸਤੇ, ਇਹਦੇ ਚੈਲੇਂਜ ਨੂੰ ਕਬੂਲ ਕਰਕੇ ਇਹਨੂੰ ਚੈਲੇਂਜ ਦੇਣਾ ਹੈ। ਔਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਫਿਰ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਸਾਹਮਣੇ ਇੱਕ ਬੜਾ ਖੂਬਸੂਰਤ ਪੰਡਾਲ ਲਗਾਇਆ, ਜਿੱਥੇ ਹਜ਼ੂਰ ਨੇ ਪੂਰੇ ਸਿੱਖ ਜਗਤ ਨੂੰ ਆਵਾਜ਼ ਦਿੱਤੀ ਹੈ ਕਿ ਆਓ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਸਾਹਮਣੇ। ਉੱਥੇ ਖਾਸ ਕਰਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਮਰਿਆਦਾ ਬਦਲਣੀ ਹੈ, ਅਤੇ ਮਰਿਆਦਾ ਬਦਲਣ ਦੇ ਵਕਤ ਕੋਈ ਵਿਰੋਧ ਨਾ ਹੋਵੇ, ਉਹਨਾਂ ਨੇ ਸਭ ਤੋਂ ਪਹਿਲਾਂ ਬੇਦੀ ਬੁਲਾਏ ਨੇ। ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਜੀ ਦੀ ਅਣਸ ਤ੍ਰੇਣ ਬਰਾਦਰੀ ਨੂੰ ਬੁਲਾਇਆ। ਹਜ਼ੂਰ ਨੇ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ। ਸਤਿਗੁਰੂ ਜੀ ਨੇ ਭੱਲੇ ਬੁਲਾਏ ਨੇ, ਫਿਰ ਸੋਢੀ ਬੁਲਾਏ ਨੇ, ਬਾਬਾ ਬੁੱਢਾ ਸਾਹਿਬ, ਭਾਈ ਸਾਹਿਬ, ਭਾਈ ਗੁਰਦਾਸ ਜੀ, ਬਾਬਾ ਬਿਧੀ ਚੰਦ, ਭਾਈ ਪਹਿੰਦੇ ਖਾਨ, ਭਾਈ ਲੰਗਾਹ ਚੌਧਰੀ, ਭਾਈ ਜੇਠਾ, ਭਾਈ ਪੈੜਾ, ਭਾਈ ਮੋਖਾ, ਭਾਈ ਪਰਾਗਾ, ਭਾਈ ਬੱਲੂ, ਭਾਈ ਗੋਪਾਲਾ ਅਤੇ ਭਾਈ ਭਾਨਾ ਜੀ ਵਰਗੇ ਬੜੇ ਚੋਣਵੇਂ ਸਿੱਖ ਸਤਿਗੁਰੂ ਜੀ ਦਾ ਹੁਕਮ ਪਾ ਕੇ ਬੈਠੇ ਨੇ। ਪਿੰਡ ਚੁਬਾਲ ਦੇ ਰਹਿਣ ਵਾਲੇ ਬਾਬਕ ਕਰਬਾਬੀ ਜੀ ਨੇ ਕੀਰਤਨ ਕੀਤਾ। ਜਦੋਂ ਕੀਰਤਨ ਦੀ ਸਮਾਪਤੀ ਹੋਈ ਹੈ, ਧੰਨ ਗੁਰੂ ਹਰਗੋਬਿੰਦ ਸਾਹਿਬ ਜਿਹੜਾ ਕੌਮ ਨੂੰ ਪ੍ਰੋਗਰਾਮ ਦੇਣਾ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਸਾਹਮਣੇ, 20 ਆਸਣ, ਕਰੋੜਾਂ ਹਾਂ ਸੂਰਜਾਂ ਦਾ ਤਪ ਹਜ਼ੂਰ ਦੇ ਮਸਤਕ ਉੱਤੇ ਹੈ, ਔਰ ਪੂਰੀ ਕੌਮ ਨੂੰ ਵੰਗਾਰ ਦੇ ਕੇ ਮੇਰੇ ਹਜ਼ੂਰ ਇੰਜ ਕਹਿਣ ਲੱਗੇ। ਬਾਬਾ ਬੁੱਢਾ ਬਿਧੀ ਚੰਦ ਕਰ
ਰਾਜੇ ਵਧਵਾਣ ਬਾਬਾ ਬੁੱਢਾ ਬਿਧੀ ਚੰਦ ਕਰ ਰਾਜੇ ਵਧਵਾਣ ਲਾਲ ਤੇ ਬੈਠ ਕੇ ਰਾਮ ਨੂੰ ਬਾਬੀ ਗਾਣ ਲਾਲ ਤੇ ਬੈਠ ਕੇ ਰਾਮ ਨੂੰ ਬਾਬੀ ਗਾਣ ਲਾਲ ਤੇ ਬੈਠ ਕੇ ਰਾਮ ਨੂੰ ਬਾਬੀ ਗਾਣ ਲਾਲ ਪਾਤਸ਼ਾਹ ਜੀ ਨੇ ਆਪਣੀ ਨਿਗਰਾਨੀ 'ਚ ਆਪਣੇ ਘਰ ਕਮਲਾਂ ਦੇ ਨਾਲ ਇੱਕ ਬਿਲਡਿੰਗ ਦਾ ਨੀਂਹ ਪੱਥਰ ਰੱਖਿਆ ਜਿਹਨੂੰ ਸਿੱਖ ਇਤਿਹਾਸ ਵਿੱਚ ਕੋਠਾ ਸਾਹਿਬ ਦਾ ਨਾਂ ਦਿੱਤਾ ਗਿਆ। ਅੱਜ ਵੀ ਜਦੋਂ ਕਦੇ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਉੱਪਰ ਜਾਂਦੇ ਹਾਂ ਜਿੱਥੇ ਸ਼ਬਦ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸੁੱਖ ਆਸਣ ਕੀਤੇ ਜਾਂਦੇ ਨੇ, ਜਿੱਥੋਂ ਅੰਮ੍ਰਿਤ ਵੇਲੇ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਪ੍ਰਕਾਸ਼ ਕਰਨ ਲਈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪ ਨੂੰ ਲਿਜਾਇਆ ਜਾਂਦਾ ਹੈ। ਇਹ ਬਿਲਡਿੰਗ, ਇਹ ਕੋਠਾ ਸਾਹਿਬ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਆਪਣੀ ਨਿਗਰਾਨੀ ਦੇ ਹੇਠ ਸ਼ਬਦ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਤਿਕਾਰ ਵਜੋਂ ਇਹ ਕਾਇਮ ਕੀਤੀ ਹੈ। ਸਤਿਕਾਰਯੋਗ ਕਾਕਾ ਕਿਰਨਜੀਤ ਸਿੰਘ ਜੀ ਆਸਟ੍ਰੇਲੀਆ ਤੋਂ, ਪ੍ਰਮਾਤਮਾ ਅੱਗੇ ਅਰਦਾਸ ਕਿ ਸਤਿਗੁਰੂ ਉਹਨਾਂ ਨੂੰ ਪੁੱਤਰ ਦੀ ਦਾਤ ਬਖਸ਼ਣ। ਉਹਨਾਂ ਵੱਲੋਂ ਅਰਦਾਸ ਹੈ ਸਤਿਗੁਰੂ ਕਿਰਪਾ ਕਰਨ, ਆਉਣ ਵਾਲੇ ਸਤਿਗੁਰੂ ਜੀ ਦੇ ਜਨਮ ਦਿਹਾੜੇ 'ਚ ਸ਼੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਕਰਵਾਉਣਗੇ ਗਰੀਬ ਨਿਵਾਜ, ਇਹ ਅਰਦਾਸ ਤਰ 'ਤੇ ਪ੍ਰਵਾਨ ਕਰਨ। ਮੇਰੇ ਬਹੁਤ ਹੀ ਸਤਿਕਾਰਯੋਗ ਪੰਥ ਦੇ ਨਾਂਵਰ ਵਿਦਵਾਨ ਢਾਡੀ ਸਾਡੇ ਵਿੱਚ ਨਹੀਂ ਰਹੇ, ਗਿਆਨੀ ਗੁਰਮੁਖ ਸਿੰਘ ਜੀ ਬਲਟੋਹਾ ਸਾਹਿਬ ਉਹਨਾਂ ਦੇ ਨਾਂ 'ਤੇ ਮਾਇਆ ਭੇਜੀ ਗਈ ਹੈ, ਔਰ ਪੰਥ ਦੇ ਨਾਂਵਰ ਕਵੀਸ਼ਰ ਗਿਆਨੀ ਸਰੂਪ ਸਿੰਘ ਜੀ ਸੂਰਵਿੰਡ ਉਹਨਾਂ ਦੇ ਨਾਂ 'ਤੇ ਮਾਇਆ ਭੇਜੀ ਗਈ ਹੈ। ਦੋਵੇਂ ਸੰਸਾਰ ਵਿੱਚ ਸਰੀਰਕ ਤੌਰ 'ਤੇ ਨਹੀਂ, ਪਰ ਉਹਨਾਂ ਦੀ ਕੌਮ ਪ੍ਰਤੀ ਕੀਤੀ ਸੇਵਾ ਅਰਦਾਸ ਕਰਦੇ ਹਾਂ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜਿਹਨਾਂ ਵੀਰਾਂ ਨੇ ਮਾਇਆ ਭੇਜੀ ਉਹਨਾਂ ਦੇ ਨਾਂ 'ਤੇ ਸਤਿਗੁਰੂ ਇਹ ਪਿਆਰ ਇਸੇ ਤਰ੍ਹਾਂ ਬਣਿਆ ਰਹੇ, ਔਰ ਗਰੀਬ ਨਿਵਾਜ ਪਾਤਸ਼ਾਹ ਜੀ ਕਿਰਤ ਕਮਾਈ 'ਚ ਵਾਧਾ ਪਾਉਣ, ਚੜ੍ਹਦੀ ਕਲਾ ਬਖਸ਼। ਧਿਆਨ ਦਿਆ ਜੇ ਮੈਂ ਬੇਨਤੀ ਕਰੇ ਅਸਾਂ ਕਿ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 11 ਸਾਲ ਦੀ ਉਮਰ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਰਚਨਾ ਕਰਨ ਵਾਸਤੇ ਲਗਾਤਾਰ 2 ਸਾਲ 1606 ਤੋਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਸ਼ਹਾਦਤ ਤੋਂ ਲੈ ਕੇ 1608 ਤੱਕ ਇਸ ਤਖਤ ਦੀ ਰਚਨਾ ਕੀਤੀ। ਤਖਤ ਦੀ ਰਾਖੀ ਲਈ 1609 ਵਿੱਚ ਅੰਮ੍ਰਿਤਸਰ ਦੀ ਧਰਤੀ ਵਿੱਚ ਉਹਨਾਂ ਨੇ ਇੱਕ ਕਿਲ੍ਹਾ ਬਣਾਇਆ ਜਿਹਦਾ ਨਾਂ ਉਹਨਾਂ ਨੇ ਲੋਹਗੜ੍ਹ ਦਾ ਕਿਲ੍ਹਾ ਰੱਖਿਆ, ਔਰ ਕਿਲ੍ਹੇ ਬਣਾਉਣੇ, ਫੌਜਾਂ ਰੱਖਣੀਆਂ, ਦੋਹਰੀਆਂ ਦਸਤਾਰਾਂ 'ਤੇ ਕਲਗੀ, ਫੌਜ, ਸ਼ੈਤਰ, ਘੋੜੇ, ਜ਼ਮੀਨ ਤੋਂ ਉੱਚੇ ਥਾਂ ਬੈਠਣਾ, ਜਿੱਥੇ ਹਕੂਮਤ ਚੈਲੰਜ ਨੂੰ ਕਬੂਲ ਕੀਤਾ ਹਜ਼ੂਰ ਨੇ ਉੱਥੇ ਗਰੀਬ ਨਿਵਾਜ ਪਾਤਸ਼ਾਹ ਜੀ ਨੇ ਹਕੂਮਤ ਨੂੰ ਚੈਲੰਜ ਦੇ ਕੇ ਹਕੂਮਤ ਦੇ ਟਾਕਰੇ 'ਤੇ ਸਿੱਖਾਂ ਦੀ ਇੱਕ ਬਰਾਬਰ ਦੀ ਸਰਕਾਰ ਬਣਾ ਦਿੱਤੀ। ਗੁਰਦੇਵ ਨੇ ਹੁਕਮ ਦਿੱਤਾ ਹੈ ਕਿ ਅੱਜ ਤੋਂ ਬਾਅਦ ਸਿੱਖਾਂ ਦਾ ਕੋਈ ਮੁਕੱਦਮਾ ਸਰਕਾਰੀ ਅਦਾਲਤ ਵਿੱਚ ਨਾ ਜਾਵੇ, ਸਾਰੇ ਮੁਕੱਦਮੇ ਇਹਨਾਂ ਦਾ ਨਿਪਟਾਰਾ ਸ਼੍ਰੀ ਅਕਾਲ ਤਖਤ ਸਾਹਿਬ ਕੀਤਾ ਜਾਵੇਗਾ, ਔਰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਹੁਕਮ ਨੂੰ ਪਾ ਕੇ ਧੜਾਧੜ ਸਿੱਖਾਂ ਦੇ ਮੁਕੱਦਮੇ ਇਹ ਸ਼੍ਰੀ ਅਕਾਲ ਤਖਤ ਸਾਹਿਬ ਹਜ਼ੂਰ ਦੇ ਪਾਵਨ ਦਰਬਾਰ ਵਿੱਚ ਪੁੱਜਣ ਲੱਗੇ ਨੇ। ਮੇਰੇ ਗਰੀਬ ਨਿਵਾਜ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ 11 ਸਾਲ ਦੀ ਉਮਰ ਵਿੱਚ ਗੁਰੂ ਨਾਨਕ ਸਾਹਿਬ ਦੇ ਦਰਬਾਰ ਦੀ ਜ਼ਿੰਮੇਵਾਰੀ ਇਹਨੂੰ ਆਪਣੇ ਮੋਢਿਆਂ 'ਤੇ ਲਿਆਏ। ਲਗਾਤਾਰ
6 ਸਾਲ ਕੌਮ ਨੂੰ ਇਕੱਠਿਆਂ ਕਰਨ ਲਈ ਸਮੁੱਚੀ ਮਨੁੱਖਤਾ ਨੂੰ ਇਕੱਠਿਆਂ ਕਰਨ ਲਈ ਔਰ ਅਕਾਲ ਤਖਤ 4 ਤਖਤਾਂ ਦੇ ਟਾਕਰੇ ਤੇ ਹਜ਼ੂਰ ਨੇ ਜਿਹੜੀ ਰਚਨਾ ਕੀਤੀ ਹੈ ਬਲ ਦਿੱਤਾ ਹੈ ਸਿੱਟਾ ਕੀ ਨਿਕਲਿਆ ਹੈ ਕਿ 17 ਸਾਲ ਦੀ ਉਮਰ ਵਿੱਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਹਕੂਮਤ ਨੇ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ ਕੀਤਾ ਹੈ ਪੌਣੇ 3 ਸਾਲ ਗਵਾਲੀਅਰ ਦੇ ਕਿਲ੍ਹੇ ਵਿੱਚ ਰਹਿ ਕੇ ਹਜ਼ੂਰ ਪੌਣੇ 20 ਸਾਲ ਦੀ ਉਮਰ ਵਿੱਚ ਰਾਜਿਆਂ ਦੇ ਸਮੇਤ ਜਦੋਂ ਬਾਹਰ ਆਏ ਨੇ ਉਦੋਂ ਮੀਰੀ ਪੀਰੀ ਦੇ ਮਾਲਕ ਮਹਾਂਬਲੀ ਗੁਰਦੇਵ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਬੰਦੀ ਛੋੜਦਾਤਾ ਦੇ ਨਾਂ ਨਾਲ ਇਤਿਹਾਸ ਵਿੱਚ ਯਾਦ ਕੀਤਾ ਜਾ ਰਿਹਾ ਵੀਰਤਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸਿੱਖ ਜਗਤ ਨੂੰ ਦਿੱਤੀ ਹੈ ਅਸੀਂ ਕਹਿੰਦੇ ਜੀ ਵੀਰਤਾ ਦਾ ਪੱਖ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ 'ਚ ਸਿੱਖੀ ਦਾ ਆਇਆ ਪਰ ਵੀਰਤਾ ਦਾ ਬੁਨਿਆਦੀ ਨੀਂਹ ਪੱਥਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਰੱਖਿਆ ਉਹਨਾਂ ਨੇ ਭਾਰਤ ਦੇ ਬੇਅਣਖ ਬੇਗੈਰਤ ਮਨੁੱਖ ਨੂੰ ਲਲਕਾਰ ਦੇ ਕੇ ਆਪਣੀ ਪਾਵਨ ਬਾਣੀ ਵਿੱਚ ਜ਼ਿਕਰ ਕੀਤਾ ਹੈ ਹਜ਼ੂਰ ਕਹਿੰਦੇ ਨੇ ਸੋ ਜੀਵਿਆ ਜਿਨ ਮਨ ਵਸਿਆ ਸੋਏ ਨਾਨਕ ਅਵਰ ਨਾ ਜੀਵੈ ਕੋਏ ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੇ ਤੱਕ ਸਿਖਾਏ ਜੇ ਬੰਦੇ ਦੀ ਅਣਖ ਗੈਰਤ ਧਰਮ ਧਰਮ ਉਸਤਾਨ ਸੁਰੱਖਿਅਤ ਨਹੀਂ ਮਨੁੱਖ ਦਾ ਚੱਲਣਾ ਬੈਠਣਾ ਪਹਿਨਣਾ ਖਾਣਾ ਹਜ਼ੂਰ ਕਹਿੰਦੇ ਨੇ ਸਾਰਾ ਕੁਝ ਹਰਾਮ ਅਸੀਂ ਅਕਸਰ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜ਼ਿਕਰ ਕਰਦੇ ਕਿ ਵੀਰਤਾ ਸਿੱਖ ਜਗਤ ਵਿੱਚ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਵਿੱਚ ਆਈ ਹੈ ਪਰ ਵਾਸਤਵ ਵਿੱਚ ਘੋੜਿਆਂ ਦੀ ਪਰੰਪਰਾ ਸ਼ਸਤਰਾਂ ਦੀ ਪਰੰਪਰਾ ਇਹ ਉੱਗਰ ਕੇ 5ਵੇਂ ਪਾਤਸ਼ਾਹ ਦੇ ਸਮੇਂ ਵਿੱਚ ਸਿੱਖੀ ਵਿੱਚ ਆ ਚੁੱਕੀ ਸੀ ਭਾਈ ਗੁਰਦਾਸ ਜੀ ਦਾ ਕਾਬਲ ਦੀ ਧਰਤੀ 'ਚ ਜਾਣਾ ਘੋੜੇ ਖਰੀਦਣੇ 5ਵੇਂ ਪਾਤਸ਼ਾਹ ਨੇ ਭੇਜਣਾ ਇਹ ਇੱਕ ਇਤਿਹਾਸ ਹੈ ਜੇ ਘੋੜ ਸਵਾਰੀ ਦਾ ਜ਼ਿਕਰ ਕੀਤਾ ਜਾਵੇ ਮੋਹ ਪਿੰਡ ਵਿੱਚ 5ਵੇਂ ਪਾਤਸ਼ਾਹ ਜਗਤ ਮਾਤ ਮਾਤਾ ਗੰਗਾ ਜੀ ਨੂੰ ਵਿਆਹੁਣ ਵਾਸਤੇ ਗਏ ਨੇ ਸ਼ਰਤ ਲਾਈ ਪਿੰਡ ਵਾਲਿਆਂ ਨੇ ਘੋੜੇ 'ਤੇ ਸਵਾਰੀ ਕਰਕੇ ਧਰਤੀ ਵਿੱਚੋਂ ਕਿੱਲਾ ਪੁੱਟਣਾ ਹੈ ਔਰ ਮੇਰੇ ਹਜ਼ੂਰ ਵਾਸਤੇ ਫਿਰ ਜ਼ਮੀਨ 'ਚ ਇੱਕ ਦਰਖਤ ਗੱਡਿਆ ਗਿਆ ਜਿਹਦੀ ਸ਼ਕਲ ਇੰਝ ਕੀਤੀ ਗਈ ਜਿਵੇਂ ਕਿੱਲਾ ਹੁੰਦਾ ਸਤਿਗੁਰੂ ਘੋੜੇ 'ਤੇ ਸਵਾਰ ਨੇ ਹੱਥ ਵਿੱਚ ਨੇਜਾ ਜ਼ਮੀਨ ਵਿੱਚੋਂ ਸਮੇਤ ਜੜ੍ਹਾਂ ਦੇ ਹਜ਼ੂਰ ਨੇ ਉਸ ਦਰਖਤ ਨੂੰ ਪੁੱਟਿਆ ਅਤੇ ਜਿਹਨੇ ਕਦੇ ਘੋੜੇ ਦੀ ਸਵਾਰੀ ਨਾ ਕੀਤੀ ਹੋਵੇ ਅੱਜ ਨਿਹੰਗਾਂ ਸਿੰਘਾਂ ਵਿੱਚ ਇਹ ਸ਼ਸਤਰ ਵਿਦਿਆ ਅੱਜ ਵੀ ਮੌਜੂਦ ਹੈ ਜਦੋਂ ਘੋੜ ਸਵਾਰੀ ਕਰਦੇ ਨੇ ਤਦ ਜ਼ਮੀਨ ਵਿੱਚੋਂ ਗੱਡੇ ਹੋਏ ਕਿੱਲੇ ਪੁੱਟਣੇ 5ਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਮੇਂ ਵਿੱਚ ਸਿੱਖੀ ਵਿੱਚ ਘੋੜੇ ਸ਼ਸਤਰ ਵਿਦਿਆ ਔਰ ਗਰੀਬ ਨਵਾਜ਼ ਪਾਤਸ਼ਾਹ ਜੀ ਨੇ ਫਿਰ ਹਕੂਮਤ ਦੇ ਨਾਲ ਟੱਕਰ ਲੈਣ ਵਾਸਤੇ ਭਾਵੇਂ ਉੱਗਲ ਕੇ ਕੋਈ ਜੰਗ ਨਹੀਂ ਹੋਇਆ ਪਰ ਵੀਰਤਾ ਦਾ ਪੱਖ ਗੁਰੂ 5ਵੇਂ ਪਾਤਸ਼ਾਹ ਦੇ ਸਮੇਂ ਵਿੱਚ ਸਿੱਖੀ ਵਿੱਚ ਆ ਚੁੱਕਾ ਸੀ ਔਰ ਢਾਡੀਆਂ ਦਾ ਜ਼ਿਕਰ ਕਰਦੇ ਹਾਂ ਕਿ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ 'ਚ ਭਾਈ ਨਾਥ ਮਲ ਭਾਈ ਅਬਦਲ ਜੀ 2 ਢਾਡੀ ਆਏ ਨੇ ਭਾਵੇਂ ਢਾਡੀਆਂ ਦਾ ਉੱਗੜ ਕੇ ਨਾਮ ਦਾ ਜ਼ਿਕਰ ਨਹੀਂ ਪਰ ਉਹਨਾਂ ਦੀਆਂ ਲਿਖੀਆਂ ਵਾਰਾਂ 5ਵੇਂ ਪਾਤਸ਼ਾਹ ਦੇ ਸਮੇਂ ਵਿੱਚ ਸਾਨੂੰ ਅੱਜ ਵੀ ਮਿਲਦੀਆਂ ਨੇ ਜ਼ਿਲ੍ਹਾ ਲਾਹੌਰ ਵਿੱਚ ਅੱਜ ਵੀ ਪਿੰਡ ਜੰਬਰ ਮੌਜੂਦ ਹੈ ਇਹ ਚੌਧਰੀ ਜੰਬਰ ਔਰ ਇਹਦੇ ਨਾਲ ਇਲਾਕਾ ਲੱਗਦਾ ਹੈ ਕਿ ਚੌਧਰੀ ਦਾ ਇਹਦਾ ਨਾਂ ਹੈ ਜਾਤਰੀ ਔਰ ਰਾਜ ਦੀਆਂ ਹੱਦਾਂ ਵਧਾਉਣ ਲਈ ਕਦੇ ਨਾ ਕਦੇ ਦੋਵਾਂ ਦੇ ਦਰਮਿਆਨ ਜੰਗ ਹੁੰਦੀ ਹੈ ਦੋਵਾਂ ਦੇ ਦਰਮਿਆਨ ਟੱਕਰ ਹੁੰਦੀ ਹੈ ਜੰਬਰ ਤਗੜਾ ਹੈ ਜਾਤਰੀ ਗਰੀਬ ਹੈ ਕਮਜ਼ੋਰ ਹੈ ਉਹਨੇ 5ਵੇਂ ਪਾਤਸ਼ਾਹ ਦੇ ਕੋਲ ਆ ਕੇ ਕਿਹਾ ਸਤਿਗੁਰੂ ਇਲਾਕੇ ਦੇ ਤੌਰ 'ਤੇ ਫੌਜ ਦੇ ਤੌਰ 'ਤੇ ਸ਼ਸਤਰਾਂ ਦੇ ਤੌਰ 'ਤੇ ਹਰ ਪੱਖ ਤੋਂ ਮੇਰੇ ਨਾਲੋਂ ਜੰਬਰ ਤਗੜਾ ਹੈ ਔਰ ਸਤਿਗੁਰੂ ਮੈਨੂੰ ਦਬਾ ਰਿਹਾ ਕਿਰਪਾ ਕਰੋ ਸਾਡਾ ਸਮਝੌਤਾ ਕਰਾ ਦਿਓ ਮੇਰੇ ਗਰੀਬ ਨਵਾਜ਼ ਪਾਤਸ਼ਾਹ ਜੀ ਨੇ ਜੰਬਰ ਨੂੰ ਕੋਲ ਬੁਲਾਇਆ ਕਹਿਣ ਲੱਗੇ ਗੱਲ ਚੰਗੀ ਨਹੀਂ ਕਿ ਐਵੇਂ ਬਿਨਾਂ ਵਜ੍ਹਾ ਤੋਂ ਕਿਸੇ ਨੂੰ ਦਬਾਇਆ ਜਾਵੇ ਤਾਂ ਜੰਬਰ ਸਤਿਗੁਰੂ ਜੀ ਦੇ ਕੋਲ ਗੱਲ 'ਤੇ ਮੰਨ ਗਿਆ ਪਰ ਥੋੜ੍ਹੇ ਜਿਹੇ ਸਮੇਂ ਤੋਂ ਬਾਅਦ ਉਹਨੇ ਫਿਰ ਹਮਲਾ ਕਰ ਦਿੱਤਾ ਔਰ ਆਪਣੇ ਕੀਤੇ ਹੋਏ ਵਾਅਦੇ ਤੋਂ ਮੁੱਕ ਰਿਹਾ ਹੈ 5ਵੇਂ ਪਾਤਸ਼ਾਹ ਦਾ ਬਲ ਇੱਕ ਚੌਧਰੀ ਜਾਤਰੀ ਦੇ ਨਾਲ ਹੈ ਔਰ ਉਹਨਾਂ ਢਾਡੀਆਂ ਨੇ 5ਵੇਂ ਪਾਤਸ਼ਾਹ ਦੇ ਦਰਬਾਰ ਵਿੱਚ ਖਲੋ ਕੇ ਜਿਹੜੀ ਉਹਨਾਂ ਦੋਵਾਂ ਚੌਧਰੀਆਂ ਦੀ ਵਾਰ ਗਾਉਣੀ ਹੈ ਉਹ ਕਹਿੰਦੇ ਜੰਬਰ ਖਰੇ ਉਤਾਵਲੇ ਹੇਠਾਂ ਘੋੜੇ ਮੱਠੇ ਧਾਵਾ 350 ਘਰ ਆਏ ਸੱਠੇ ਉਹ ਕਹਿੰਦੇ 350
ਜੰਬਰ ਚੌਧਰੀ ਦੀ ਅਗਵਾਈ ਦੇ ਹੇਠ ਹਮਲਾ ਕੀਤਾ ਗਿਆ ਹੈ। ਪਰ ਘਰ 60 ਵਜੇ ਨੇ 290 ਯਾਤਰੀ ਦੀ ਫੌਜ ਦੇ ਹੱਥੋਂ ਇਹ ਮਾਰੇ ਗਏ, ਕਿਉਂਕਿ ਪਿੱਛੇ ਆਤਮਕ ਬਲ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ। ਤੋ ਮੈਂ ਬੇਨਤੀ ਕਰ ਰਿਹਾ ਸਾਂ ਕਿ ਢਾਡੀ ਕਲਾ ਦੀ ਪਰੰਪਰਾ ਵੀ 5ਵੇਂ ਪਾਤਸ਼ਾਹ ਦੇ ਸਮੇਂ ਵਿੱਚ ਵਾਰਾਂ ਵਿੱਚ ਆ ਚੁੱਕੀ ਹੈ। ਬੜਾ ਉੱਗਰ ਕੇ ਰਾਜਪੂਤਾਂ ਦੇ ਦਰਬਾਰ ਵਿੱਚ ਢਾਡੀਆਂ ਦਾ ਗਾਉਣਾ ਇਹ ਸਾਨੂੰ ਅੱਜ ਵੀ ਮਿਲਦਾ। ਰਾਜਪੂਤ ਜਦੋਂ ਕਦੇ ਜੰਗ ਨੂੰ ਚੜ੍ਹਦੇ ਨੇ, ਖਾਸ ਕਰਕੇ ਉਹਨਾਂ ਦੇ ਖਾਨਦਾਨ ਦੇ ਖਾਨਦਾਨੀ ਢਾਡੀ, ਉਹਨਾਂ ਦੇ ਦਰਬਾਰਾਂ ਵਿੱਚ ਫੌਜਾਂ ਦੇ ਸਾਹਮਣੇ ਉਹਨਾਂ ਦੇ ਵੱਡ ਵਡੇਰਿਆਂ ਦਾ ਇਤਿਹਾਸ, ਉਹਨਾਂ ਦੀ ਵੀਰਤਾ ਦੀ ਗੱਲ ਕਰਦੇ ਨੇ ਔਰ ਰਾਜਪੂਤ ਮੈਦਾਨੇ ਜੰਗ ਵਿੱਚ ਲੜ ਕੇ ਜਿੱਤਾਂ ਪ੍ਰਾਪਤ ਕਰਦੇ ਨੇ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਫਿਰ ਪਰ ਉਪਕਾਰ ਕੀਤਾ, ਜਿਸ ਢਾਡੀ ਸ਼ਬਦ ਦੀ ਵਰਤੋਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਪਣੀ ਪਾਵਨ ਬਾਣੀ ਵਿੱਚ ਔਰ ਹਜ਼ੂਰ ਨੇ ਆਪਣੇ ਆਪ ਨੂੰ ਢਾਡੀ ਕਿਹਾ। ਸਾਧ ਸੰਗਤ, ਹਰ ਉਹ ਮਨੁੱਖ ਢਾਡੀ ਹੈ ਜਿਹੜਾ ਪਰਮਾਤਮਾ ਦੀ ਕੀਰਤੀ ਕਰਦਾ ਅਤੇ ਪਰਮਾਤਮਾ ਦੇ ਨਾਮ ਦੇ ਨਾਲ ਜੁੜਿਆ। ਸਤਿਗੁਰੂ ਜੀ ਨੇ ਬਹੁਤ ਥਾਵਾਂ 'ਤੇ ਆਪਣੇ ਆਪ ਨੂੰ ਢਾਡੀ ਕਹਿ ਕੇ, ਮੇਰੇ ਹਜ਼ੂਰ ਕੌਲ ਬੁਲਾਇਆ ਬਾਬਾ ਬਿਧੀ ਚੰਦ ਜੀ ਨੂੰ, ਕਹਿਣ ਲੱਗੇ ਘੋੜੇ ਆ ਗਏ, ਸ਼ੈਤਰ ਆ ਗਏ, ਫੌਜ ਆ ਗਈ, ਹਕੂਮਤ ਦੇ ਚਾਰ ਤਖਤਾਂ ਦੇ ਟਾਕਰੇ 'ਤੇ ਤਖਤ ਵੀ ਬਣ ਗਿਆ, ਪਰ ਕੌਮ ਨੂੰ ਵੀਰਤਾ ਦੇਣ ਲਈ, ਸਾਡੇ ਇਤਿਹਾਸ ਨੂੰ ਸੁਣਾਉਣ ਲਈ ਸਾਨੂੰ ਢਾਡੀਆਂ ਦੀ ਲੋੜ ਹੈ। ਕੌਲ ਬੁਲਾ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਾਹਮਣੇ ਤਖ਼ਤ 'ਤੇ ਬੈਠ ਗਰੀਬ ਨਿਵਾਜ ਵੀਰਤਾ ਦਾ ਪੱਖ ਦੇਣ ਵਾਸਤੇ ਢਾਡੀ ਆਪਣੇ ਦਰਬਾਰ ਵਿੱਚ ਬੁਲਾਉਣ ਵਾਸਤੇ 6ਵੇਂ ਪਾਤਸ਼ਾਹ ਜੀ ਇੰਜ ਕਹਿ
ਕਹਿੰਦੇ ਸ਼ਾਨ ਵੇਖ ਕੇ ਮੌਜੀਆ ਇੰਦਰ ਗਿਆ ਸ਼ਰਮਾ ਕਹਿੰਦੇ ਸ਼ਾਨ ਵੇਖ ਕੇ ਮੌਜੀਆ ਹੋ ਜਿਹਨਾਂ ਦਾ ਮੈਂ ਅੱਗੇ ਜ਼ਿਕਰ ਕੀਤਾ ਹੈ ਆਪ ਜੀ ਨੂੰ ਬੜਾ ਭਲੀ ਭਾਂਤ ਜਾਣੂ ਹੈ ਲਗਾਤਾਰ ਕਈਆਂ ਸਾਲਾਂ ਤੋਂ ਸਹਾਰਾ ਕਲੱਬ ਜਿਹੜੀ ਕਬੱਡੀ ਬੱਚੀਆਂ ਦੀ ਔਰ ਨੌਜਵਾਨਾਂ ਦੀ ਹਰ ਸਾਲ ਕਰਾਉਂਦੇ ਨੇ ਉੱਥੇ ਅੱਜ ਰਾਤ ਨੂੰ ਉਹਨਾਂ ਵੱਲੋਂ ਆਤਿਸ਼ਬਾਜ਼ੀ ਦਾ ਵੀ ਪ੍ਰੋਗਰਾਮ ਹੈ ਪਤਾ ਲੱਗਾ ਕਿ ਹਜੂਰਾ ਸਿੰਘ ਜੀ ਰੰਧਾਵਾ ਸਾਹਿਬ ਪਿਛਲੇ ਦਿਨਾਂ ਵਿੱਚ ਕੁਝ ਸਰੀਰਕ ਤੌਰ 'ਤੇ ਉਹਨਾਂ ਦੇ ਨਾਲ ਘਟਨਾ ਵਾਪਰੀ ਹੈ ਫੱਟੜ ਹੋਏ ਨੇ ਅੱਗ ਦੇ ਨਾਲ ਅਰਦਾਸ ਕਰਦੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਰਹਿਮਤ ਕਰਨ ਉਹਨਾਂ ਉੱਤੇ ਕਿਰਪਾ ਕਰਨ ਔਰ ਉਹਨਾਂ ਨੂੰ ਸਰੀਰਕ ਤੰਦਰੁਸਤੀ ਬਖਸ਼ਣ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੌਜਵਾਨ ਸੇਵਕ ਸਭਾ ਵੱਲੋਂ ਕੱਲ੍ਹ 11 ਬੱਚਿਆਂ ਅਤੇ ਬੱਚੀਆਂ ਦੇ ਆਨੰਦ ਕਾਰਜ ਇੱਥੇ ਕੀਤੇ ਗਏ ਨੇ ਔਰ ਉਹਨਾਂ ਵੱਲੋਂ ਯਥਾ ਸ਼ਕਤ ਉਹਨਾਂ ਦੀ ਵਰਤੋਂ ਵਾਸਤੇ ਸਮਾਨ ਵੀ ਘਰ ਦਾ ਦਿੱਤਾ ਗਿਆ ਹੈ ਸਤਿਗੁਰੂ ਰਹਿਮਤ ਕਰਨ ਨਗਰ ਦੇ ਸਹਿਯੋਗ ਦੇ ਨਾਲ ਮੈਨੇਜਰ ਸਾਹਿਬ ਜੀ ਦੇ ਸਹਿਯੋਗ ਦੇ ਨਾਲ ਮੈਂਬਰ ਸਾਹਿਬਾਨਾਂ ਦੇ ਸਹਿਯੋਗ ਦੇ ਨਾਲ ਨੌਜਵਾਨਾਂ ਨੇ ਜਿਹੜਾ ਇਹ ਕਾਜ ਕੀਤਾ ਹੈ ਗਰੀਬ ਨਵਾਜ਼ ਪਾਤਸ਼ਾਹ ਰਹਿਮਤ ਭਰਿਆ ਸਿਰ 'ਤੇ ਹੱਥ ਰੱਖਣ ਚੜ੍ਹਦੀ ਕਲਾ ਬਖਸ਼ਣ ਸਰਦਾਰ ਦਵਿੰਦਰ ਸਿੰਘ ਜੀ ਦੁਬਈ ਤੋਂ ਮੇਰੇ ਸਤਿਕਾਰੀ ਉਹ ਸਰਦਾਰ ਸੱਜਣ ਸਿੰਘ ਜੀ ਮਾਨ ਸਾਹਿਬ ਆਪਣੇ ਪੁੱਤਰ ਕਾਕਾ ਹਰਵਿੰਦਰ ਸਿੰਘ ਜਿਹੜੇ ਕੈਨੇਡਾ ਵਿੱਚ ਨੇ ਆਪਣੇ ਬੜੇ ਕਰੀਬੀ ਰਿਸ਼ਤੇਦਾਰ ਸਰਦਾਰ ਸਤਬੀਰ ਸਿੰਘ ਜੀ ਜਿਹੜੇ ਕੈਨੇਡਾ ਵਿੱਚ ਨੇ ਉਹਨਾਂ ਦੇ ਨਾਂ 'ਤੇ ਮਾਇਆ ਭੇਜਦੇ ਨੇ ਮਿੰਟ ਕੇਵਲ 5 ਰਹਿ ਗਏ ਨੇ ਆਖਰੀ ਵਾਰ ਕਹਿ ਕੇ ਮੈਂ ਆਪ ਜੀ ਦੇ ਕੋਲੋਂ ਆਗਿਆ ਲਵਾਂ ਮੇਰੇ ਅਜੀਜ਼ ਬੱਚਿਆਂ ਦੇ ਵਾਂਗ ਕਾਕਾ ਬਿਕਰਮਜੀਤ ਸਿੰਘ ਜੀ ਸਰਦਾਰ ਜਸਵੰਤ ਸਿੰਘ ਜੀ ਚੱਕੀ ਵਾਲੇ ਉਹਨਾਂ ਦੇ ਸਪੁੱਤਰ ਉਹਨਾਂ ਵੱਲੋਂ ਅਰਦਾਸ ਹੈ ਕਿ ਨਗਰ ਦੇ ਜਿੰਨੇ ਵੀ ਨੌਜਵਾਨ ਪ੍ਰਦੇਸ਼ ਵਿੱਚ ਆਪਣੀ ਕਿਰਤ ਲਈ ਗਏ ਨੇ ਸਤਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਸਰੀਰਕ ਤੰਦਰੁਸਤੀਆਂ ਔਰ ਗਰੀਬ ਨਵਾਜ਼ ਉਹਨਾਂ ਦੀ ਕਿਰਤ ਆਪਣੇ ਦਰ 'ਤੇ ਪ੍ਰਵਾਨ ਕਰਨ ਸਵਰਗ ਵਾਸੀ ਹਰਪ੍ਰੀਤ ਸਿੰਘ ਜੀ ਕਬੱਡੀ ਖਿਡਾਰੀ ਉਹਨਾਂ ਦੇ ਨਾਂ 'ਤੇ ਮਾਇਆ ਭੇਜੀ ਗਈ ਮਾਸਟਰ ਬਲਜਿੰਦਰ ਸਿੰਘ ਜੀ ਦੇ ਨਾਂ 'ਤੇ ਮਾਇਆ ਭੇਜੀ ਹੈ ਆਖਰੀ ਵਾਰ ਕਹਿ ਕੇ ਮੈਂ ਆਪ ਜੀ ਦੇ ਕੋਲੋਂ ਆਗਿਆ ਲਵਾਂ ਸਾਹਿਬ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਫਿਰ ਬਾਬਾ ਬਿਧੀ ਚੰਦ ਜੀ ਨੂੰ ਕੋਲ ਬੁਲਾਇਆ ਕਹਿਣ ਲੱਗੇ ਵੀਰਤਾ ਦੇਣ ਲਈ ਢਾਡੀਆਂ ਦੀ ਲੋੜ ਹੈ ਬਾਬਾ ਬਿਧੀ ਚੰਦ ਜੀ ਕਹਿਣ ਲੱਗੇ ਸਤਿਗੁਰੂ ਮੇਰੇ ਨਗਰ ਸੁਰ ਸਿੰਘ ਵਿੱਚ 2 ਢਾਡੀ ਉਹ ਮੌਜੂਦ ਨੇ ਔਰ ਉਹਨਾਂ ਦੇ ਗਾਣ ਦਾ ਢੰਗ ਤਰੀਕਾ ਤੇ ਭਾਵੇਂ ਅੱਜ ਤੋਂ ਪਹਿਲਾਂ ਕੁਛ ਹੋਵੇ ਪਰ ਹਜ਼ੂਰ ਉਹਨਾਂ ਨੂੰ ਜੇ ਮਾਣ ਸਨਮਾਨ ਦੇ ਨਾਲ ਤੁਹਾਡੇ ਦਰਬਾਰ 'ਤੇ ਲਿਆਂਦਾ ਜਾਵੇ ਤੇ ਅਵਸ਼ ਗੱਲ ਹੈ ਜਿੰਨੀ ਢਾਡੀ ਕਲਾ ਉਹਨਾਂ ਦੇ ਕੋਲ ਹੈ ਉਹ ਸਿੱਖ ਜਗਤ ਵਿੱਚ ਵੀਰਤਾ ਦਾ ਇੱਕ ਪੱਖ ਉਜਾਗਰ ਕਰ ਸਕਦੇ ਨੇ ਮੇਰੇ ਹਜ਼ੂਰ ਨੇ ਹਾਥੀ ਭੇਜਿਆ ਬਾਬਾ ਬਿਧੀ ਚੰਦ ਜੀ ਨੂੰ ਭੇਜਿਆ ਸੁਰ ਸਿੰਘ ਨਗਰ ਵਿੱਚੋਂ ਬਾਬਾ ਬਿਧੀ ਚੰਦ ਜੀ ਨੇ ਜਾ ਕੇ ਗੁਰਦੇਵ ਦਾ ਇਹਨਾਂ ਨੂੰ ਸੁਨੇਹਾ ਦਿੱਤਾ ਹੈ ਕਿ ਭਾਈ ਨਾਥਬਲ ਭਾਈ ਅਬਦੁਲ ਜੀ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ 4 ਜ਼ੁਲਮੀ ਤਖਤਾਂ ਦੇ ਟੱਕਰੇ 'ਤੇ ਇੱਕ ਤਖਤ ਦੀ ਰਚਨਾ ਕਰਕੇ ਔਰ ਕੌਮ ਨੂੰ ਵੀਰਤਾ ਦੇਣ ਲਈ ਵਾਰਾਂ ਕਹਿਲਾਉਣ ਲਈ ਸਤਿਗੁਰੂ ਜੀ ਨੇ ਤੁਹਾਨੂੰ ਬੁਲਾਇਆ ਔਰ ਹਾਥੀ ਭੇਜਿਆ ਭਾਈ ਨਾਥਮਲ ਅਤੇ ਭਾਈ ਅਬਦੁਲ ਜੀ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਸੁਨੇਹਾ ਸੁਣ ਕੇ ਇਹ ਸੁਰ ਸਿੰਘ ਨਗਰ ਵਿੱਚੋਂ ਚੱਲੇ ਪਹੁੰਚੇ ਸ੍ਰੀ ਅਕਾਲ ਤਖਤ ਸਾਹਿਬ ਬੜੇ ਮਾਣ ਸਨਮਾਨ ਦੇ ਨਾਲ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਫਿਰ ਇਹਨਾਂ ਨੂੰ ਢਾਡੀ ਵਾਰ ਕਹਿਣ ਵਾਸਤੇ ਕਹਿਣ ਲੱਗੇ ਤੁਹਾਡੀਆਂ ਢੱਡਾਂ ਵਿੱਚੋਂ ਤੁਹਾਡੀ ਸੁਰੰਗੀ ਵਿੱਚੋਂ ਇੱਕ ਉਹ ਇਤਿਹਾਸ ਨਿਕਲਣਾ ਚਾਹੀਦਾ ਹੈ ਕਿ ਜਿਹੜਾ ਸਦੀਵੀ ਦੁਨੀਆ ਵਿੱਚ ਹੋਰ ਕਿਸੇ ਕੌਮ ਦੇ ਕੋਲ ਨਾ ਹੋਵੇ ਜਦੋਂ ਉਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜਿਸਮ ਸਰੀਰ ਵੱਲ ਨਿਗਾਹ ਮਾਰੀ ਤਾਂ ਗੁਰੂ ਹਰਗੋਬਿੰਦ ਸਾਹਿਬ ਦੇ ਸੰਬੰਧ ਵਿੱਚ ਜਿਹੜੀਆਂ ਉਹਨਾਂ ਨੇ ਵਾਰਾਂ ਕਹੀਆਂ ਨੇ 2 ਤਲਵਾਰੀ ਵੱਧੀਆਂ ਇੱਕ ਮੀਰੀ ਦੀ ਇੱਕ ਪੀਰ ਦੀ ਇੱਕ ਅਜ਼ਮਤ ਦੀ ਇੱਕ ਰਾਜ ਦੀ ਇੱਕ ਰਾਖੀ ਕਰੇ ਵਜ਼ੀਰ ਦੀ ਅਤੇ ਸਤਿਗੁਰੂ ਜੀ ਦਾ ਸਰੀਰ
ਹਿੰਮਤ ਬਾਹਵਾਂ ਕੋਟ ਗੜ ਦਰਵਾਜ਼ਾ ਬਲਖ ਬਖੀਰ ਦੀ। ਸਤਿਗੁਰੂ ਤੁਹਾਡਾ ਸਰੀਰ ਇੱਦਾਂ ਦਾ ਹੈ ਜਿਵੇਂ ਲੋਹੇ ਦਾ ਕਿਲ੍ਹਾ ਹੁੰਦਾ, ਨਾਲ ਸਿਪਾਹੀ ਨੀਲ ਨਾਲ ਮਾਰ ਦੁਸ਼ਟਾਂ ਕਰੇ ਤਾਗੀਰ ਦੀ। ਅਤੇ ਅੰਤ ਵਿੱਚ ਇੱਕ ਬਹੁਤ ਵੱਡੀ ਬਗਾਵਤ ਦੀ ਗੱਲ ਕਰਕੇ ਉਹ ਕਹਿੰਦੇ ਨੇ, ਪੱਗ ਤੇਰੀ ਕੀ ਜਹਾਂਗੀਰ ਦੀ, ਜਿਸ ਵਾਰ ਨੂੰ ਭਾਈ ਨਥਮਲ ਭਾਈ ਅਬਦੁਲ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਦਰਬਾਰ ਵਿੱਚ ਗਾਇਆ। ਇਹ ਕਹਿ ਕੇ ਮੈਂ ਆਪ ਜੀ ਦੇ ਪਾਸੋਂ ਆ ਗਿਆ। ਜਿਹੜੇ ਗਾਜ ਨਾਲ
ਛੁਪੇ ਨਾ ਰਹਿਣ ਮੌਜੀਆ ਦਿੱਤਾ ਢਾਡੀਆਂ ਨੇ ਸੱਚ ਹੀ ਕਰਮਾ ਵਾਲਿਓ ਸਤਿਗੁਰੂ ਛੇਵੇਂ ਪਾਤਸ਼ਾਹ ਕਹਿਣ ਲੱਗੇ ਹੁਣ ਨਿੱਤ ਨਿੱਤ ਤੱਤੀ ਤਵੀ ਤੇ ਬੈਠ ਕੇ ਸ਼ਹਾਦਤਾਂ ਦੇ ਜਾਮ ਨਹੀਂ ਪੀਣੇ ਅਸੀਂ ਵਕਤ ਦੀ ਹਕੂਮਤ ਨੂੰ ਟੱਕਰ ਦੇਣੀ ਹੈ ਲਤਾੜੇ ਹੋਏ ਲੋਕਾਂ ਨੂੰ ਵੀਰਤਾ ਦੇਣੀ ਹੈ ਇਸ ਤੋਂ ਅੱਗੇ ਕੀ ਹੋਇਆ ਕੱਲ੍ਹ ਆਉਣ ਵਾਲੇ ਦਿਨ ਵਿੱਚ ਆਪਾਂ ਫਿਰ ਇੱਥੋਂ ਇਤਿਹਾਸ ਨੂੰ ਆਰੰਭ ਕਰਾਂਗੇ ਕੁਝ ਵੀਰਾਂ ਵੱਲੋਂ ਡਾਕਟਰ ਜਸਵੀਰ ਸਿੰਘ ਜੀ ਦੇ ਸਮੁੱਚੇ ਪਰਿਵਾਰ ਵੱਲੋਂ ਇੱਕ ਬੱਚੀ ਜੇ ਕਹਿੰਦੇ ਅਰਦਾਸ ਕੀਤੀ ਸਤਿਗੁਰੂ ਜੀ ਨੇ ਪੁੱਤਰ ਦੀ ਦਾਤ ਬਖਸ਼ੀ ਹੈ ਧੰਨਵਾਦ ਵਜੋਂ ਸ਼ੁਕਰਾਨੇ ਵਜੋਂ ਉਹਨਾਂ ਵੱਲੋਂ ਮਾਇਆ ਮੇਰੇ ਅਜੀਜ਼ ਬੱਚਿਆਂ ਦੇ ਵਾਂਗ ਸਰਦਾਰ ਜਸਵੀਰ ਸਿੰਘ ਜੀ ਗਿੱਲ ਸਾਹਿਬ ਉਹਨਾਂ ਵੱਲੋਂ ਮਾਇਆ ਭੇਜੀ ਗਈ ਹੈ ਸਰਦਾਰ ਪ੍ਰਿਤਪਾਲ ਸਿੰਘ ਜੀ ਵੜੈਚ ਮਾਰਬਲ ਵਾਲੇ ਉਹਨਾਂ ਵੱਲੋਂ ਮਾਇਆ ਭੇਜੀ ਗਈ ਹੈ ਹੋਰ ਬਹੁਤ ਸਾਰੇ ਸਤਿਕਾਰਯੋਗ ਵੀਰਾਂ ਪਦਮ ਸ਼੍ਰੀ ਕਰਤਾਰ ਸਿੰਘ ਜੀ ਜਿਹੜੇ ਪਦਮ ਸ਼੍ਰੀ ਦਾ ਇੱਕ ਬਹੁਤ ਵੱਡਾ ਖਿਤਾਬ ਸਾਨੂੰ ਮਾਣ ਹੈ ਕਿ ਨਗਰ ਗੁਰੂ ਕੀ ਵਡਾਲੀ ਵਿੱਚ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਦੇ ਉਹ ਬੜੇ ਲੰਬੇ ਸਮੇਂ ਤੋਂ ਕੀਰਤਨੀਏ ਨੇ ਇੱਕ ਉਹ ਘਰਾਣਾ ਜਿਸ ਘਰਾਣੇ ਨੇ ਭਾਰਤ ਨੂੰ ਬਹੁਤ ਕੁਝ ਦਿੱਤਾ ਸ਼੍ਰੀ ਪੂਰਨ ਚੰਦ ਜੀ ਮੇਰੇ ਤੋਂ ਬਾਅਦ ਆਉਣ ਵਾਲਾ ਪੰਥ ਦਾ ਨਾਂ ਵਰਕ ਵੀ ਸ਼੍ਰੀ ਜਥਾ ਭਾਈ ਰਣਜੀਤ ਸਿੰਘ ਜੀ ਉਹਨਾਂ ਵੱਲੋਂ ਵੀ ਮਾਇਆ ਭੇਜੀ ਗਈ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੋਈਆਂ ਭੁੱਲਾਂ ਗਲਤੀਆਂ ਦੀ ਮੁਆਫ਼ੀ ਆਗਿਆ ਦਿਓ ਇਹ ਤਾਂ ਬੜਾ ਲੰਬਾ ਕੰਮ ਹੈ ਅਯਾ ਤੁਸੀਂ ਬੋਲਦੇ ਕੀ ਹੈ ਸਹਾਰਾ ਕਲੱਬ ਵੱਲੋਂ ਫਿਰ ਆਇਆ ਕਿ ਅੱਜ ਰਾਤ ਨੂੰ ਆਤਿਸ਼ਬਾਜ਼ੀ ਕੱਲ੍ਹ ਦਾ ਦਿਨ ਕਬੱਡੀ ਤੋ ਆਪ ਜੀ ਹਰ ਸਾਲ ਇਹ ਸਾਰਾ ਕੁਝ ਵੇਖਦੇ ਜੇ ਆਪ ਜੀ ਕਿਰਪਾ ਕਰਿਓ ਉਹਨਾਂ ਗੁਰੂ ਪਿਆਰਿਆਂ ਦਾ ਹੌਂਸਲਾ ਵਧਾਓ ਕਿਉਂਕਿ ਆਪਣੀ ਕਿਰਤ ਨੂੰ ਉਹ ਸਫਲ ਕਰਦੇ ਨੇ ਜਿੰਨੇ ਕੁ ਸਹਾਰਾ ਕਲੱਬ ਦੇ ਮੈਂਬਰ ਸਾਹਿਬਾਨ ਨੇ ਸਾਰੇ ਹੀ ਆਪਣਾ ਦਸਵੰਧ ਕੱਢ ਕੇ ਏਡੀ ਵੱਡੀ ਕਬੱਡੀ ਆਤਿਸ਼ਬਾਜ਼ੀ ਤੋ ਸਾਡਾ ਕੇਵਲ ਇੱਕ ਫਰਜ਼ ਹੈ ਇਹ ਆਪ ਜੀ ਕਿਰਪਾ ਕਰਕੇ ਵੇਖਣ ਦੀ ਮਿਹਰਬਾਨੀ ਕਰਿਓ ਜੇ 3 ਜੁਲਾਈ ਨੂੰ ਬੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸ਼੍ਰੀ ਸਾਹਿਬਾਂ ਪਹਿਨਣ ਦਾ ਪੁਰਬ ਹੈ 3 ਜੁਲਾਈ ਨੂੰ ਨਗਰ ਕੀਰਤਨ ਹਰ ਸਾਲ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ ਤੁਸੀਂ ਚੱਲਦੇ ਜੇ ਔਰ ਇਸ ਸਾਲ ਵੀ 3 ਜੁਲਾਈ ਦਾ ਦਿਨ ਚੇਤੇ ਰੱਖਿਓ ਆਪ ਜੀ ਨਗਰ ਕੀਰਤਨ ਵਿੱਚ ਬਹੁਤ ਚੜ੍ਹਦੀ ਕਲਾ ਦੇ ਨਾਲ ਇੱਥੋਂ ਚੱਲਣਾ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਪੁੱਜਣਾ ਹੈ ਸਤਿਗੁਰੂ ਰਹਿਮਤ ਕਰਨ ਕਿਰਪਾ ਕਰਨ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਢਾਡੀ ਜੱਥੇ ਦਾ ਸੋ ਮੈਂ ਅਗਲਾ ਜਥਾ ਅਨਾਊਂਸ ਕਰਨ ਤੋਂ ਪਹਿਲਾਂ ਕਿਉਂਕਿ ਬੇਨਤੀਆਂ ਕਾਫੀ ਆਪ ਜੀ ਨਾਲ ਸਾਂਝੀਆਂ ਕਰਨ ਵਾਲੀਆਂ ਨੇ ਸਮੇਂ ਸਮੇਂ ਆਪ ਜੀ ਦੇ ਨਾਲ ਮੈਂ ਸਾਂਝੇ ਕਰਦੇ ਜਾਵਾਂਗਾ 11 ਤਰੀਕ ਨੂੰ ਇਸ ਮਹੀਨੇ ਦੀ 11/6/17 ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਤਾਰ ਨਗਰ ਦੀਆਂ ਜੋ ਸੰਗਤਾਂ ਨੇ ਇਹਨਾਂ ਵੱਲੋਂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਗਿਆਨੀ ਗੁਰਦੀਪ ਸਿੰਘ ਜੀ ਕਪੂਰਥਲੇ ਵਾਲੇ ਕਥਾਵਾਚਕ ਸਾਹਿਬਾਨ ਭਾਈ ਜਗਦੀਪ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਇਹਨਾਂ ਨੇ ਆਪ ਜੀ ਨੂੰ ਗੁਰੂ ਇਤਿਹਾਸ ਅਤੇ ਗੁਰਬਾਣੀ ਦਾ ਰਸਭਿੰਨਾ ਕੀਰਤਨ ਸਰਵਣ ਕਰਵਾਉਣਾ ਹੈ ਸੋ ਗੁਰਦੁਆਰਾ ਸਾਹਿਬ ਜੀ ਦੀ ਪ੍ਰਬੰਧਕ ਕਮੇਟੀ ਵੱਲੋਂ ਆਪ ਸਰਬਾ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ 11 ਤਰੀਕ ਨੂੰ ਸ਼ਾਮ 6 ਵਜੇ ਤੋਂ ਲੈ ਕੇ ਰਾਤਰੀ ਦੇ 10 ਵਜੇ ਤੱਕ ਇਹ ਜੋ ਦੀਵਾਨ ਸੱਜਣੇ ਨੇ ਇਹਨਾਂ ਦੇ ਅੰਦਰ ਆਪ ਸਰਬਾ ਸੰਗਤਾਂ ਗੁਰਦੁਆਰਾ ਸਾਧ ਸੰਗਤ ਗਲੀ ਨੰਬਰ 3 ਕਰਤਾਰ ਨਗਰ ਛਿਹਟਾ ਵਿਖੇ 11 ਤਰੀਕ ਨੂੰ ਸ਼ਾਮ 6 ਵਜੇ ਤੋਂ ਪਹੁੰਚ ਕੇ ਮਹਾਨ ਗੁਰਮਤਿ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਖੁਸ਼ੀਆਂ ਪ੍ਰਾਪਤ ਕਰੋ ਜੀ ਨਾਲ ਹੀ ਫ੍ਰੀ ਕੈਂਪ ਜਿਸ ਦੇ ਵਿੱਚ ਅਨੇਕਾਂ ਹੀ ਬਿਮਾਰੀਆਂ ਦੇ ਟੈਸਟ ਅਤੇ ਇਲਾਜ ਇਹਨਾਂ ਵੀਰਾਂ ਵੱਲੋਂ ਕੀਤੇ ਜਾਣੇ ਨੇ ਇਹ ਕੈਂਪ ਵੀ ਗੁਰਦੁਆਰਾ ਸਾਹਿਬ ਜੀ ਦੀ ਦਰਸ਼ਨੀ ਡਿਉੜੀ ਦੇ ਪਾਸ ਛਬੀਲ ਦੇ ਲਾਗੇ ਕੈਂਪ ਲਗਾਇਆ ਹੋਇਆ ਏ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਵੀ ਕੋਈ ਕਿਸੇ ਕਿਸਮ ਦੇ ਕੋਈ ਉਹਨਾਂ ਨੂੰ ਟ੍ਰੀਟਮੈਂਟ ਦੀ ਲੋੜ ਹੋਵੇ ਤਾਂ ਇੱਥੋਂ ਜਾ ਕੇ ਆਪਣਾ ਇਲਾਜ ਕਰਵਾ ਸਕਦੇ ਹੋ ਉਸ ਤੋਂ ਅੱਗੇ ਬੇਨਤੀ ਹੈ ਕਿ ਕਿਸੇ ਭੈਣ ਦਾ ਜੋ ਰੁਮਾਲ ਜਿਸ ਦੇ ਵਿੱਚ ਕੁਝ ਮਾਇਆ ਅਤੇ ਘਰ ਦੇ ਆ ਜੋ ਚਾਬੀਆਂ ਨੇ ਉਹ ਸਾਡੇ ਕੋਲ ਪਹੁੰਚੀਆਂ ਨੇ ਜਿਸ ਵੀ ਮੇਰੀ ਭੈਣ ਮਤਾ ਦੀਆਂ ਇਹ ਚਾਬੀਆਂ ਹੋਣ ਰੁਮਾਲ ਦੇ ਵਿੱਚ ਚਾਬੀਆਂ ਅਤੇ ਕੁਛ ਮਾਇਆ ਏ ਉਹ ਸਾਡੇ ਕੋਲੋਂ ਆਪਣੇ ਨਿਸ਼ਾਨੀਆਂ ਦੱਸ ਕੇ ਅਤੇ ਉਹ
ਰੁਮਾਲ ਚਾਬੀਆਂ ਮਾਇਆ ਸਮੇਤ ਤੁਸੀਂ ਪ੍ਰਾਪਤ ਕਰ ਸਕਦੇ ਹੋ ਅਤੇ ਸੰਗਤ ਦੇ ਵਿੱਚੋਂ ਹੀ ਕਿਸੇ ਗੁਰਮੁਖ ਪਿਆਰੇ ਦਾ ਜਾਂ ਮੇਰੀ ਮਾਤਾ ਭੈਣ ਦਾ ਮੋਬਾਇਲ ਡਿੱਗਾ ਜੋ ਸਾਡੇ ਕੋਲ ਪਹੁੰਚਿਆ ਹੈ ਇਸ ਮੋਬਾਇਲ ਦਾ ਜੋ ਸਿਮ ਨੰਬਰ ਦੱਸ ਕੇ ਤੁਸੀਂ ਸਾਡੇ ਕੋਲੋਂ ਮੋਬਾਇਲ ਪ੍ਰਾਪਤ ਕਰ ਸਕਦੇ ਹੋ ਫਿਰ ਦੁਬਾਰਾ ਬੇਨਤੀ ਕੀਤੀ ਜਾਂਦੀ ਹੈ ਕਿ ਸੰਗਤ ਦੇ ਵਿੱਚੋਂ ਕਿਸੇ ਜੀਵ ਦਾ ਪ੍ਰਾਣੀ ਦਾ ਮੋਬਾਇਲ ਡਿੱਗਾ ਸਾਡੇ ਕੋਲ ਪਹੁੰਚਿਆ ਹੈ ਆਪਣਾ ਮੋਬਾਇਲ ਨੰਬਰ ਦੱਸ ਕੇ ਅਤੇ ਤੁਸੀਂ ਇਹ ਮੋਬਾਇਲ ਸਾਡੇ ਕੋਲੋਂ ਪ੍ਰਾਪਤ ਕਰ ਸਕਦੇ ਹੋ ਅਤੇ ਨਾਲ ਹੀ ਬੇਨਤੀ ਹੈ ਸਹਾਰਾ ਸਪੋਰਟਸ ਕਲੱਬ ਵੱਲੋਂ ਕਿ 18 ਸਾਲ ਜਨਰਲ ਸਕੱਤਰ ਦੇ ਅਹੁਦੇ 'ਤੇ ਕਹਿੰਦੇ ਨੇ ਕਿ ਇਮਾਨਦਾਰੀ ਨਾਲ ਜੋ ਐੱਸ ਡੀ ਓ ਸਰਦਾਰ ਕਿਰਪਾਲ ਸਿੰਘ ਜੀ ਨੇ ਜਿਹਦੇ ਰਿਟਾਇਰਮੈਂਟ ਤੋਂ 20 ਦਿਨ ਪਹਿਲਾਂ ਪੰਜਾਬ ਦੀ ਮੀਟਿੰਗ ਵਿੱਚ ਬੋਲਦਿਆਂ ਹੀ ਅਟੈਕ ਹੋ ਗਿਆ ਅਤੇ ਇੰਨਾ ਜ਼ਬਰਦਸਤ ਅਟੈਕ ਹੋਇਆ ਕਿ ਉਹਨਾਂ ਦੀ ਮੌਤ ਹੋ ਗਈ ਸਹਾਰਾ ਸਪੋਰਟਸ ਕਲੱਬ ਵੱਲੋਂ ਪ੍ਰਧਾਨ ਸਕੱਤਰ ਸਿੰਘ ਜੀ ਬੱਬੂ ਜੀ ਨੇ ਸਰਬਸੰਮਤੀ ਨਾਲ ਕਹਿੰਦੇ ਨੇ ਕਿ ਉਸ ਦੇ ਲੜਕੇ ਨੂੰ ਲਖਬੀਰ ਸਿੰਘ ਜਨਰਲ ਸਕੱਤਰ ਨੂੰ ਐੱਸ ਡੀ ਓ ਸਰਦਾਰ ਕਿਰਪਾਲ ਸਿੰਘ ਜੀ ਦੀ ਥਾਂ 'ਤੇ ਜੋ ਸੇਵਾ ਦਿੱਤੀ ਹੈ ਪਰਿਵਾਰ ਵੱਲੋਂ ਵੀ ਕਹਿੰਦੇ ਨੇ ਕਿ ਜੋ ਇਹ ਸਰਦਾਰ ਕਿਰਪਾਲ ਸਿੰਘ ਦੇ ਜਾਣ 'ਤੇ ਜੋ ਘਾਟ ਪੂਰੀ ਨਹੀਂ ਹੋ ਸਕਦੀ ਸੋ ਸਾਰੀ ਸੰਗਤ ਨੇ ਜੋ ਬਣਦਾ ਸਨਮਾਨ ਇਸ ਪਰਿਵਾਰ ਨੂੰ ਦਿੱਤਾ ਹੈ ਗੁਰੂ ਸਾਹਿਬ ਜੀ ਕਿਰਪਾ ਕਰਨ ਇਮਾਨਦਾਰੀ ਦੇ ਨਾਲ ਇਸੇ ਤਰ੍ਹਾਂ ਹੀ ਸੇਵਾਵਾਂ ਨਿਭਾਉਣ ਹੁਣ ਮੈਂ ਸਮਾਂ ਕਾਫੀ ਹੋ ਗਿਆ ਹੈ ਜਥੇ ਵੀ ਸਾਡੇ ਕੋਲ ਦੋ ਹੈ ਸਮੇਂ ਦੇ ਵਿੱਚ ਰਹਿ ਕੇ ਆਪਾਂ ਸਮਾਪਤੀ ਕਰਨੀ ਹੈ ਹੁਣ ਮੈਂ ਕੇਵਲ 25 ਮਿੰਟ ਵਾਸਤੇ ਗਿਆਨੀ ਰਣਜੀਤ ਸਿੰਘ ਜੀ ਨੰਗਲ ਪਣਵਾ ਅਤੇ ਉਹਨਾਂ ਦੇ ਕਵੀਸ਼ਰ ਜਥੇ ਨੂੰ ਬੇਨਤੀ ਕਰਾਂਗਾ ਉਹਨਾਂ ਤੋਂ ਬਾਅਦ 'ਚ ਗਿਆਨੀ ਪ੍ਰਤਾਪ ਸਿੰਘ ਜੀ ਗੁਰਪ੍ਰਤਾਪ ਸਿੰਘ ਜੀ ਪਦਮ ਅਤੇ ਉਹਨਾਂ ਦੇ ਢਾਡੀ ਜਥੇ ਨੇ ਆਪ ਸਰਬਾ ਸੰਗਤਾਂ ਨੂੰ ਗੁਰ ਇਤਿਹਾਸ ਸਰਵਣ ਕਰਵਾਉਣਾ ਹੈ ਜੀ ਰਹਿੰਦੀਆਂ ਬੇਨਤੀਆਂ ਫਿਰ ਅੰਤ ਦੇ ਵਿੱਚ ਆਪ ਜੀ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਵਾਹਿਗੁਰੂ 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 ਤੇਰੀ ਰਹਿਮਤ ਦਾਤਾ ਇੱਕ ਕਿਣਕਾ ਕੁਸ਼ਟੀ ਤੋਂ ਕੰਚਨ ਕਰ ਸਕਦਾ ਪਿੰਗਲੇ ਨੂੰ ਚਾੜ ਪਹਾੜ ਦਵੇਂ ਗੂੰਗਾ ਵੀ ਗੀਤ ਉਚਰ ਸਕਦਾ ਅਰਿਠਿਆਂ ਨੂੰ ਮਿੱਠੇ ਕਰ ਦੇਵੇਂ ਅੱਖਾਂ ਵਿੱਚ ਅੰਮ੍ਰਿਤ ਭਰ ਸਕਦਾ ਕਵੀਆਂ 'ਤੇ ਕਿਰਪਾ ਕਰ ਦਾਤਾ ਤੇਰੀ ਰਹਿਮਤ ਨਾ ਜੱਗ ਤਰ ਸਕਦਾ ਤੇਰੀ ਰਹਿਮਤ ਨਾ ਜੱਗ ਤਰ ਸਕਦਾ ਉਸਨੇ ਅਮਾਨਤ ਤਰਤ ਦੇ ਤੇ ਸਯਾਖਰ ਮਿੱਟੀ ਹੋਣਾ ਰੁੱਤਾਂ ਕੋਲੋਂ ਸ਼ਕਲਾ ਸਿੱਖਿਆ ਤੇ ਨਹੀਂ ਇੱਕ ਜਗ੍ਹਾ ਖਲੋਣਾ ਸ਼ਾਹ ਹੁਸਨ ਦਾ ਰੋਂਦਾ ਤੁਰ ਗਿਆ ਰੋਂਦਾ ਤੁਰ ਗਿਆ ਤੇ ਯੂਸਫ ਵੇਖ ਬਜ਼ਾਰੀ ਉਹ ਦੁਨੀਆ ਦਾ ਚੰਦਰਮਾ ਹੈ ਤੇ ਕੰਮ ਕਰੇ ਜੋ ਸੋਹਣਾ ਤੇ ਕੰਮ ਕਰੇ ਜੋ ਸੋਹਣਾ ਹੱਥ
ਹੱਥ ਜੋੜ ਛਹਿਰਿਆ ਰਜੋਈ ਕਰ ਦੇ ਸੇਵਕ ਹਾਂ ਪਾਤਸ਼ਾਹ ਜੀ ਤੇਰੇ ਦਰ ਦੇ ਸੇਵਕ ਹਾਂ ਪਾਤਸ਼ਾਹ ਜੀ ਤੇਰੇ ਦਰ ਦੇ ਜੇ ਜਾਣ ਲੈਣਾ ਦਿਲਾਂ ਦੀ ਆਵਾਜ਼ ਪਾਤਸ਼ਾਹ ਰੱਖਣੀ ਨੇ ਮਾੜਿਆਂ ਦੀ ਲਾਜ ਪਾਤਸ਼ਾਹ ਰੱਖਣੀ ਨੇ ਮਾਣਿਆਂ ਦੀ ਲਾਜ ਪਾਤਸ਼ਾਹ ਹੱਥ ਜੋੜ ਛਹਿਰਿਆ ਰਜੋਈ ਕਰ ਦੇ ਸੇਵਕ ਹਾਂ ਪਾਤਸ਼ਾਹ ਜੀ ਤੇਰੇ ਦਰ ਦੇ ਸੇਵਕ ਹਾਂ ਪਾਤਸ਼ਾਹ ਜੀ ਤੇਰੇ ਦਰ ਦੇ ਜਾਣ ਲੈਣਾ ਦਿਲਾਂ ਦੀ ਆਵਾਜ਼ ਪਾਤਸ਼ਾਹ ਰੱਖਣੀ ਨੇ ਮਾਣਿਆਂ ਦੀ ਲਾਜ ਪਾਤਸ਼ਾਹ ਰੱਖਣੀ ਨੇ ਮਾਣਿਆਂ ਦੀ ਲਾਜ ਪਾਤਸ਼ਾਹ ਤੁਸਾਂ ਬਿਨ ਹੋਰ ਨਾ ਸਹਾਰਾ ਦਿਸ ਦਾ ਆਸਰਾ ਤਕਾਵਾਂ ਦਾ ਤਾਂ ਹੋਰ ਕਿਸ ਦਾ ਆਸਰਾ ਤਕਾਵਾਂ ਦਾ ਤਾਂ ਹੋਰ ਕਿਸ ਦਾ ਤੁਸਾਂ ਹੀ ਸਵਾਰ ਨੇ ਨੇ ਕਾਜ ਪਾਤਸ਼ਾਹ ਰੱਖਣੀ ਨੇ ਮਾਣਿਆਂ ਦੀ ਲਾਜ ਪਾਤਸ਼ਾਹ ਰੱਖਣੀ ਨੇ ਮਾਣਿਆਂ ਦੀ ਲਾਜ ਪਾਤਸ਼ਾਹ ਝੋਲੀ ਅੱਡ ਤੁਸਾਂ ਦੇ ਦਵਾਰ ਹਾਂ ਖੜੇ ਤੁਸਾਂ ਦਿੱਤੇ ਤਾਰ ਪਾਪੀ ਪਾਤਸ਼ਾਹ ਬੜੇ ਤੁਸਾਂ ਦਿੱਤੇ ਤਾਰ ਪਾਪੀ ਪਾਤਸ਼ਾਹ ਬੜੇ ਝੋਲੀ ਪਾਉਣੀ ਰਹਿਮਤ ਖਰਾਜ ਪਾਤਸ਼ਾਹ ਰੱਖਣੀ ਨੇ ਮਾਣਿਆਂ ਦੀ ਲਾਜ ਪਾਤਸ਼ਾਹ ਝੋਲੀ ਪਾਉਣੀ ਰਹਿਮਤ ਖਰਾਜ ਪਾਤਸ਼ਾਹ ਰੱਖਣੀ ਨੇ ਮਾਣਿਆਂ ਦੀ ਲਾਜ ਪਾਤਸ਼ਾਹ ਰੱਖਣੀ ਨੇ ਮਾਣਿਆਂ ਦੀ ਲਾਜ ਪਾਤਸ਼ਾਹ ਆਇਆ ਹਾਂ ਦੁਆਰੇ ਤੁਹਾਡੇ ਲੈ ਕੇ ਸ਼ਰਦਾ ਆਇਆ ਹਾਂ ਦੁਆਰੇ ਤੁਹਾਡੇ ਲੈ ਕੇ ਸ਼ਰਦਾ ਫੁੱਲ ਜੋ ਪ੍ਰੇਮ ਵਾਲੇ ਭੇਟਾ ਕਰਦਾ ਫੁੱਲ ਜੋ ਪ੍ਰੇਮ ਵਾਲੇ ਭੇਟਾ ਕਰਦਾ ਮੈਂ ਨਾ ਜਾਣਾ ਰਸਮ ਰਿਵਾਜ ਪਾਤਸ਼ਾਹ ਰੱਖਣੀ ਨੇ ਮਾਣਿਆਂ ਦੀ ਲਾਜ ਪਾਤਸ਼ਾਹ ਰੱਖਣੀ ਨੇ ਮਾਣਿਆਂ ਦੀ ਲਾਜ ਪਾਤਸ਼ਾਹ ਮੇਰਾ ਦਿਲ ਤੁਸਾਂ ਦੀ ਗੁਜ਼ਾਰੇ ਤੁਸਾਂ ਦੀ ਗੁਜ਼ਾਰੇ ਆਰਤੀ ਤਾਰ ਦਿਓ ਸੁਲੱਖਣੀ ਸੀ ਜਿਵੇਂ ਤਾਰਤੀ ਤਾਰ ਦਿਓ ਸੁਲੱਖਣੀ ਸੀ ਜਿਵੇਂ ਤਾਰਤੀ ਓਹੋ ਮੈਂ ਹੀ ਸਾਨੂੰ ਅੱਜ ਤਾਰ ਪਾਤਸ਼ਾਹ ਰੱਖਣੀ ਨੇ ਮਾਣਿਆਂ ਦੀ ਲਾਜ ਪਾਤਸ਼ਾਹ ਰੱਖਣੀ ਨੇ ਮਾਣਿਆਂ ਦੀ ਲਾਜ ਪਾਤਸ਼ਾਹ ਮੈਂ ਹਾਂ ਦਾਤਾ ਨਿਰਾ ਉਗਣਾ ਦਾ ਪਰਿਆ ਮੈਂ ਹਾਂ ਦਾਤਾ ਨਿਰਾ ਉਗਣਾ ਦਾ ਪਰਿਆ ਪਾਰ ਹੋ ਜੂ ਮੇਰ ਦਾ ਜੇ ਹੱਥ ਧਰਿਆ ਪਾਰ ਹੋ ਜੂ ਮੇਰ ਦਾ ਜੇ ਹੱਥ ਧਰਿਆ ਤਾਰ ਪਾਤਸ਼ਾਹ ਰੱਖਣੀ ਨੇ ਮਾਣਿਆਂ ਦੀ ਲਾਜ ਪਾਤਸ਼ਾਹ ਰੱਖਣੀ ਨੇ ਮਾਣਿਆਂ ਦੀ ਲਾਜ ਪਾਤਸ਼ਾਹ ਨਿਸ ਚਾਹੇ ਇਹੋ ਦਲ ਵੀਰੇ ਗਿੱਲ ਦਾ ਸ਼ਰਦਾ ਬਗੈਰ ਕੁਝ ਵੀ ਨਹੀਂ ਮਿਲਦਾ ਸ਼ਰਦਾ ਬਗੈਰ ਕੁਝ ਵੀ ਨਹੀਂ ਮਿਲਦਾ ਰੱਖੇ ਤਾਂ ਲਵਿੰਦਰ ਵੀ ਲਾਜ ਪਾਤਸ਼ਾਹ ਰੱਖਣੀ ਨੇ ਮਾਣਿਆਂ ਦੀ ਲਾਜ ਪਾਤਸ਼ਾਹ ਰੱਖਣੀ ਨੇ ਮਾਣਿਆਂ ਦੀ ਲਾਜ ਪਾਤਸ਼ਾਹ ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ ਆਓ ਸਭ ਤੋਂ ਪਹਿਲਾਂ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਦੁਹਰਾਈਏ ਰਸਨਾ ਨੂੰ ਕਰੀਏ ਪਵਿੱਤਰ ਦੋ ਵਾਰੀ ਵਾਹਿਗੁਰੂ ਦਾ ਜਾਪ ਜਪੀਏ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਸੋਹਣਿਆਂ ਦੇ ਸੁਲਤਾਨ ਹੁਸਨ ਦੀਆਂ ਸਰਕਾਰਾਂ ਜਿਨ੍ਹਾਂ ਦਾ ਅੱਜ ਅਵਤਾਰ ਦਿਹਾੜਾ ਗੁਰੂ ਕੀਆਂ ਸੰਗਤਾਂ ਬੜੇ ਪ੍ਰੇਮ ਅਤੇ ਸਤਿਕਾਰ ਦੇ ਨਾਲ ਬੜੀ ਸ਼ਰਧਾ ਦੇ ਨਾਲ ਮਨਾ ਰਹੀਆਂ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਅਵਤਾਰ ਦਿਹਾੜਿਆਂ ਦੀਆਂ ਖੁਸ਼ੀਆਂ ਅੰਦਰ ਇਹ ਸਨਮਾਣੇ ਜੇ ਜਥੇ ਵੱਲੋਂ ਸਾਰੀ ਸੰਗਤ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਸੱਚੇ ਪਾਤਸ਼ਾਹ ਮਹਾਰਾਜ ਇਸ ਦੁਨੀਆਂ ਉੱਤੇ ਆਏ ਜਿਵੇਂ ਭੱਟਾਂ ਨੇ
ਬੜਾ ਸੁੰਦਰ ਫਰਮਾਨ ਕੀਤਾ ਹੈ। ਆਪ ਨਰੈਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਦੇ ਮਹਾਂਵਾਕਾਂ ਅਨੁਸਾਰ। ਇਨਸਾਨੀਅਤ ਦਾ ਚੋਲਾ ਪਹਿਨ ਕੇ ਇਸ ਧਰਤੀ ਦੇ ਉੱਤੇ ਆਏ, ਮਨੁੱਖਤਾ ਦਾ ਉਧਾਰ ਕਰਨ ਵਾਸਤੇ ਸੱਚੇ ਪਾਤਸ਼ਾਹ ਮਹਾਰਾਜ ਨੇ ਅਵਤਾਰ ਧਾਰਨ ਕੀਤਾ ਹੈ। ਸਾਡੇ ਤੋਂ ਪਹਿਲਾਂ ਸਿੱਖ ਪੰਥ ਦੇ ਮਹਾਨ ਢਾਡੀ ਭਾਈ ਸਾਹਿਬ ਭਾਈ ਸਵਿੰਦਰ ਸਿੰਘ ਜੀ ਭੰਗੂ ਸਾਹਿਬ, ਉਹਨਾਂ ਦੇ ਕੋਲੋਂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੇ ਇਤਿਹਾਸ ਦੇ ਦਰਸ਼ਨ ਦਾਰੇ ਕਰ ਰਹੇ ਸੀ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਬੜੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਕੀਤੀ ਹੈ। ਸੰਗਤ ਬੜੇ ਭਾਗਾਂ ਦੇ ਨਾਲ ਪ੍ਰਾਪਤ ਹੋਇਆ ਕਰਦੀ ਹੈ। ਵੱਡ ਭਾਗੀ ਹਰ ਸੰਗਤ ਪਾਵੈ, ਭਾਗਹੀਣ ਭਰਮ ਚੋਟਾਂ ਖਾਵੈ, ਬਿਨ ਭਾਗਾਂ ਸਤ ਸੰਗ ਨਾ ਲੱਭੇ, ਬਿਨ ਸੰਗਤ ਮੈਲ ਭਰੀਜੇ ਜੀਓ। ਸਤ ਸੰਗਤ ਕੈਸੀ ਜਾਣੀਏ, ਜਿੱਥੇ ਏਕੋ ਨਾਮ ਵਖਾਣੀਏ ਦੇ ਮਹਾਂਵਾਕਾਂ ਅਨੁਸਾਰ। ਜਿੱਥੇ ਅੰਮ੍ਰਿਤਮਈ ਬਾਣੀ ਦੀ ਵਰਖਾ ਹੁੰਦੀ ਹੋਵੇ, ਸੰਗਤਾਂ ਤਾਂ ਬੜੀਆਂ ਲੱਭ ਜਾਂਦੀਆਂ ਨੇ ਸਤ ਸੰਗਤ ਜੀ, ਮੋੜਾਂ ਉੱਤੇ ਸੰਗਤਾਂ ਲੱਭ ਜਾਂਦੀਆਂ ਨੇ, ਠੇਕੇ ਉੱਤੇ ਕਈ ਲੱਭ ਜਾਂਦੇ ਨੇ, ਗੁਰਮੁਖ ਪਿਆਰੇ ਉਹਨੂੰ ਸਤ ਸੰਗਤ ਨਹੀਂ ਕਹਿ ਸਕਦੇ। ਕੋ ਸੰਗਤ ਜਿਹੜੀ ਹੈ ਮਨੁੱਖ ਨੂੰ ਡੋਬ ਦਿੰਦੀ ਹੈ, ਸਤ ਸੰਗਤ ਮਨੁੱਖ ਨੂੰ ਪਾਰ ਕਰਦੀ ਹੈ। ਅਤੇ ਸੱਚੇ ਪਾਤਸ਼ਾਹ ਮਹਾਰਾਜ ਨੇ ਅੱਜ ਸੁਭਾਗਾ ਸਮਾਂ ਬਖਸ਼ਿਸ਼ ਕੀਤਾ ਹੈ, ਬੜੇ ਪ੍ਰੇਮ ਅਤੇ ਸਤਿਕਾਰ ਦੇ ਨਾਲ ਗੁਰੂ ਕੀਆਂ ਸੰਗਤਾਂ ਕੋਨੇ ਕੋਨੇ ਤੋਂ ਚੱਲ ਕੇ, ਆਪਣੇ ਘਰਾਂ ਤੋਂ ਚੱਲ ਕੇ, ਨਗਰਾਂ ਤੋਂ ਚੱਲ ਕੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਵਿੱਤਰ ਗੁਰਧਾਮਾਂ ਦੇ ਦਰਸ਼ਨ ਦਾਰੇ ਕਰ ਰਹੇ ਹੋ ਅਤੇ ਹਾਜ਼ਰੀਆਂ ਗੁਰਦੇਵ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਲਾ ਰਹੇ ਹੋ। ਸਾਡੇ ਤੋਂ ਪਹਿਲਾਂ ਆਪ ਸਭ ਸੰਗਤਾਂ ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਜੀਵਨ ਵਿੱਚੋਂ ਕੁਝ ਵਿਚਾਰਾਂ ਸਾਂਝੀਆਂ ਹੋ ਰਹੀਆਂ ਸਨ, ਕਿਉਂਕਿ ਪੂਰਿਆਂ ਦੀਆਂ ਕਹਾਣੀਆਂ ਅਧੂਰਿਆਂ ਕੋਲੋਂ ਕਦੇ ਪੂਰੀਆਂ ਨਹੀਂ ਹੁੰਦੀਆਂ। ਸੱਚੇ ਪਾਤਸ਼ਾਹ ਮਹਾਰਾਜ ਜੀ ਪੂਰੇ ਸਨ, ਉਹਨਾਂ ਦੇ ਚੋਜ ਕਹਿਣ ਅਤੇ ਕਥਨ ਨਾਲੋਂ ਬਾਹਰੇ ਨੇ। ਇਤਿਹਾਸ ਦਾ ਮਾਣ ਕਰਦੇ ਹੋਏ ਸਾਡੇ ਸਤਿਕਾਰਯੋਗ ਸਿੱਖ ਪੰਥ ਦੀ ਝੋਲੀ ਵਿੱਚ ਜਿਨ੍ਹਾਂ ਨੇ ਬਹੁਤ ਕਿਤਾਬਾਂ ਲਿਖ ਕੇ ਗੁਰੂ ਕਾ ਇਤਿਹਾਸ ਲਿਖ ਕੇ ਪਾਇਆ ਹੈ, ਸਾਡੇ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਦੀਪ ਸਿੰਘ ਜੀ ਪਰਵਾਨਾ ਸਾਹਿਬ, ਉਹਨਾਂ ਵੱਲੋਂ ਬਹੁਤ ਸਾਰਾ ਮਾਣ, ਭਾਈ ਮੱਖਣ ਸਿੰਘ ਜੀ ਹੋਰ ਗੁਰੂ ਕੀਆਂ ਸੰਗਤਾਂ ਵੱਲੋਂ ਮਾਣ ਆਇਆ ਹੈ, ਭਾਈ ਹਰਪ੍ਰੀਤ ਸਿੰਘ ਜੀ ਸਾਉਂਡ ਵਾਲੇ ਉਹਨਾਂ ਵੱਲੋਂ ਬਹੁਤ ਸਾਰਾ ਮਾਣ ਆਇਆ। ਸਤਿਗੁਰੂ ਪਾਤਸ਼ਾਹ ਮਹਾਰਾਜ ਚੜ੍ਹਦੀਆਂ ਕਲਾ ਕਰਨ ਇੱਕ ਮਾਤਾ ਜੀ ਅਰਦਾਸ ਕਰਦੇ ਨੇ, ਸੱਚੇ ਪਾਤਸ਼ਾਹ ਮਹਾਰਾਜ ਜੀ ਉਹਨਾਂ ਦੀਆਂ ਮਨ ਦੀਆਂ ਭਾਵਨਾ ਸੰਪੂਰਨ ਕਰਨ ਅਤੇ ਉਹਨਾਂ ਨੂੰ ਤੰਦਰੁਸਤੀਆਂ ਬਖਸ਼ਿਸ਼ ਕਰਨ। ਸਾਡੇ ਵੀਰ ਜੀ ਸਿੱਖ ਪੰਥ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਕਰਾਉਂਦੇ ਨੇ। ਗੁਰਦੇਵ ਪਾਤਸ਼ਾਹ ਮਹਾਰਾਜ ਜੀ ਵੀਰ ਦੀਆਂ ਵੀ ਮਨ ਦੀਆਂ ਭਾਵਨਾਵਾਂ ਸੰਪੂਰਨ ਕਰਨ। ਆਓ ਜਰਾ ਤੱਕੀਏ ਸਾਡੇ ਸਤਿਕਾਰਯੋਗ ਭਾਈ ਸਾਹਿਬ ਭਾਈ ਭਾਈ ਪ੍ਰਿਤਪਾਲ ਸਿੰਘ ਜੀ ਵੜੈਲ ਸਾਹਿਬ, ਉਹਨਾਂ ਵੱਲੋਂ ਬਹੁਤ ਸਾਰਾ ਮਾਣ ਆਇਆ ਹੈ। ਗੁਰਦੇਵ ਪਾਤਸ਼ਾਹ ਮਹਾਰਾਜ ਚੜ੍ਹਦੀਆਂ ਕਲਾ ਕਰਨ। ਭਾਈ ਨਿਸ਼ਾਨ ਸਿੰਘ ਜੀ ਝਬਾਲ ਤੋਂ, ਉਹਨਾਂ ਵੱਲੋਂ ਬਹੁਤ ਸਾਰਾ ਮਾਣ ਹੈ। ਗੁਰਦੇਵ ਪਾਤਸ਼ਾਹ ਚੜ੍ਹਦੀਆਂ ਕਲਾ ਕਰਨ। ਭੈਣ ਜੀ ਪੁੱਤਰ ਦੇ ਪ੍ਰਾਪਤੀ ਵਾਸਤੇ ਅਰਦਾਸ ਕਰਾਉਂਦੇ ਨੇ। ਗੁਰਦੇਵ ਪਾਤਸ਼ਾਹ ਮਹਾਰਾਜ ਮਨ ਦੀਆਂ ਭਾਵਨਾ ਸੰਪੂਰਨ ਕਰਨ। ਭੈਣ ਜੀ ਅਰਦਾਸ ਕਰਾਉਂਦੇ ਨੇ ਕਿ ਉਹਨਾਂ ਦੇ ਵੀਰ ਦਾ ਵਿਆਹ ਹੋ ਜਾਵੇ। ਗੁਰਦੇਵ ਪਾਤਸ਼ਾਹ ਮਹਾਰਾਜ ਜੀ ਚੜ੍ਹਦੀਆਂ ਕਲਾ ਕਰਨ। ਭੈਣ ਜੀ ਤੰਦਰੁਸਤੀ ਵਾਸਤੇ ਅਰਦਾਸ ਕਰਾਉਂਦੇ ਨੇ। ਜੋ ਮੰਗੇ ਠਾਕੁਰ ਆਪਣੇ ਤੇ, ਸੋਈ ਸੋਈ ਦੇਵੇ ਦੇ ਮਹਾਂਵਾਕ ਅਨੁਸਾਰ। ਅਭੀ ਜੋਤ ਮਨ ਸੀਰ ਦੇ ਚੜ੍ਹਦੀ ਕਲਾ ਵਾਸਤੇ ਅਰਦਾਸ ਹੈ। ਭਾਈ ਗੁਰਪ੍ਰਤਾਪ ਸਿੰਘ ਜੀ ਸਿੱਖ ਪੰਥ ਦੇ ਢਾਡੀ ਜਥਾ, ਉਹਨਾਂ ਵੱਲੋਂ ਬਹੁਤ ਸਾਰਾ ਮਾਣ ਹੈ। ਗੁਰਦੇਵ ਪਾਤਸ਼ਾਹ ਚੜ੍ਹਦੀਆਂ ਕਲਾ ਕਰਨ। ਵੀਰ ਭਾਈ ਬਿਕਰਮ ਸਿੰਘ ਜੀ ਢਾਡੀ ਸਾਹਿਬ ਚੜ੍ਹਦੀ ਕਲਾ ਵਾਸਤੇ ਅਰਦਾਸ ਹੈ। ਆਓ ਜਰਾ ਤੱਕੀਏ ਸਾਡੇ ਤੋਂ ਪਹਿਲਾਂ ਜਥਾ ਆਪ ਜੀ ਦੇ ਨਾਲ ਵਿਚਾਰਾਂ ਕਰ ਰਹੇ ਸਨ ਕਿ ਜਦੋਂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਰਚਨਾ ਕੀਤੀ ਹੈ, ਰਚਨਾ ਕਰਨ ਤੋਂ ਉਪਰੰਤ ਉਹਨਾਂ ਨੇ ਇੱਕ ਹੁਕਮਨਾਮਾ ਜਾਰੀ ਕੀਤਾ ਹੈ ਕਿ ਜਿਨ੍ਹਾਂ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ, ਉਹ ਚੰਗੀਆਂ ਜਵਾਨੀਆਂ ਸਿੱਖ ਪੰਥ ਵਿੱਚ ਭਰਤੀ ਹੋਣ, ਜਿਨ੍ਹਾਂ ਨੇ ਤਿਲ ਫੁੱਲ ਪੇਟਾਵਾਂ ਲੈ ਕੇ ਆਉਣੀਆਂ ਨੇ, ਚੰਗੀ ਤਲਵਾਰ ਲੈ ਕੇ ਆਵੇ, ਚੰਗੀ ਢਾਲ ਲੈ ਕੇ ਆਵੇ, ਚੰਗਾ ਨੇਜਾ ਲੈ ਕੇ ਆਵੇ, ਭਾਲਾ ਲੈ ਕੇ ਆਵੇ। ਕਹਿਣ ਦਾ ਭਾਵ ਹੈ
ਕਿ ਜੰਗੀ ਸ਼ਸਤਰ ਲੈ ਕੇ ਆਵੇ ਉਹਦੇ ਉੱਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਹੋਵੇਗੀ। ਗੁਰਦੇਵ ਪਾਤਸ਼ਾਹ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਸੇਠ ਕਰੋੜੀ ਮੱਲ ਦੋ ਦਰਿਆਈ ਨਸਲ ਦੇ ਘੋੜੇ ਲੈ ਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਭੇਟਾ ਕਰਨ ਵਾਸਤੇ ਆ ਰਿਹਾ ਸੀ। ਲਾਹੌਰ ਦੀ ਧਰਤੀ ਦੇ ਉੱਤੇ ਘੋੜੇ ਖੁੱਸ ਗਏ। ਗੁਰੂ ਕੀਆਂ ਸੰਗਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਕੋਲ ਆਈਆਂ, ਮੱਥਾ ਟੇਕਿਆ, ਦਰਸ਼ਨ ਦਾਰੇ ਕੀਤੇ, ਗੁਰਦੇਵ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕੀਤੀ, ਦਾਤਾ ਲਾਹੌਰ ਦੀ ਧਰਤੀ ਦੇ ਅੰਦਰ ਮੁਗਲਾਂ ਨੇ ਸਾਡੇ ਕੋਲੋਂ ਘੋੜੇ ਖੋਏ ਨੇ। ਬੜੀਆਂ ਬੇਨਤੀਆਂ ਕੀਤੀਆਂ, ਬੜੇ ਤਰਲੇ ਕੀਤੇ, ਬੜੇ ਵਾਸਤੇ ਪਾਏ, ਪਰ ਉਹਨਾਂ ਨੇ ਸਾਡੀ ਇੱਕ ਨਾ ਮੰਨੀ। ਗੁਰਦੇਵ ਪਾਤਸ਼ਾਹ ਮਹਾਰਾਜ ਕਹਿੰਦੇ, ਸਿੱਖੋ ਤੁਹਾਡੀ ਅਮਾਨਤ ਸਾਡੇ ਕੋਲ ਪਹੁੰਚ ਚੁੱਕੀ ਹੈ, ਸਾਡੀ ਹੋਵੇਗੀ ਅਤੇ ਸਾਡੇ ਕੋਲ ਆ ਜਾਵੇਗੀ, ਮੰਗੋ। ਕੀ ਕੁਝ ਮੰਗਦੇ ਹੋ? ਮਹਾਰਾਜ, ਸਾਡੀ ਜਿਹੜੀ ਅਮਾਨਤ ਹੈ ਉਹ ਤੁਹਾਡੇ ਚਰਨਾਂ ਵਿੱਚ ਆਉਣੀ ਚਾਹੀਦੀ ਹੈ। ਗੁਰਦੇਵ ਪਾਤਸ਼ਾਹ ਮਹਾਰਾਜ, ਇਹੀ ਸਾਡੀ ਮੰਗ ਹੈ। ਮਹਾਰਾਜੀਆਂ ਨੇ ਬਾਬਾ ਵਿਧੀ ਚੰਦ ਜੀ ਨੂੰ ਇਸ਼ਾਰਾ ਕੀਤਾ, ਹਰਨ ਪਰਨ ਜਾਕਾ ਨੇਤਰ ਫੋਰ ਤਿਸਕਾ ਮੰਤਰ ਨਾ ਜਾਣੇ ਹੋਰ ਦੇ ਮਹਾਂਵਾਕਾਂ ਅਨੁਸਾਰ ਬਹਾਦਰ ਬਾਬਾ ਵਿਧੀ ਚੰਦ ਗੁਰਦੇਵ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਆਇਆ। ਮਹਾਰਾਜੀਆਂ ਨੇ ਥਾਪੜਾ ਦਿੱਤਾ, ਪਹਿਲਾ ਘੋੜਾ ਲੈ ਕੇ ਬਾਬਾ ਵਿਧੀ ਚੰਦ ਗੁਰਦੇਵ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਪਹੁੰਚ ਗਿਆ ਹੈ। ਇੱਕ ਘੋੜਾ ਲਾਹੌਰ ਦੀ ਧਰਤੀ ਦੇ ਉੱਤੇ ਹੈ, ਇੱਕ ਘੋੜਾ ਗੁਰਦੇਵ ਪਾਤਸ਼ਾਹ ਮਹਾਰਾਜ ਦੇ ਕੋਲ ਮਾਲਵੇ ਦੀ ਧਰਤੀ ਦੇ ਉੱਤੇ ਭਾਈ ਕੇ ਰੂਪੇ ਵਿੱਚ ਹੈ। ਇਹਨਾਂ ਦੋਵਾਂ ਘੋੜਿਆਂ ਦਾ, ਦੋਵਾਂ ਭਾਈਆਂ ਦਾ ਵਿਛੋੜਾ ਪੈ ਗਿਆ, ਦਾਣਾ ਪੱਠਾ ਖਾਣਾ ਛੱਡ ਦਿੱਤਾ। ਆਖਿਰਕਾਰ ਭਾਈ ਜੇਠਾ ਜੀ ਦੀ ਡਿਊਟੀ ਘੋੜਿਆਂ ਦੀ ਸੇਵਾ ਵਿੱਚ ਲੱਗੀ ਹੋਈ ਸੀ, ਜਦੋਂ ਵੇਖਿਆ ਘੋੜੇ ਦਾਣਾ ਪੱਠਾ ਨਹੀਂ ਖਾਂਦੇ, ਉਸ ਵੇਲੇ ਡਾਕਟਰਾਂ ਨੂੰ ਸੱਦਿਆ ਗਿਆ, ਹਕੀਮਾਂ ਨੂੰ ਬੁਲਾਇਆ ਗਿਆ, ਇਲਾਜ ਕੀਤੇ ਗਏ, ਪਰ ਇਲਾਜ ਨਾ ਹੋਇਆ, ਨੜੇ ਵਾਂਗ ਘੋੜਾ ਸੁੱਕਦਾ ਤੁਰਿਆ ਜਾ ਰਿਹਾ ਹੈ। ਇਸੇ ਤਰ੍ਹਾਂ ਮਹਾਰਾਜ ਜੀ ਦਾ ਦਰਬਾਰ ਸਜਿਆ ਹੋਇਆ ਹੈ, ਗੁਰੂ ਕੀਆਂ ਸੰਗਤਾਂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਦਾਰੇ ਕਰ ਰਹੀਆਂ ਸਨ। ਮਹਾਰਾਜ ਜੀ ਅੰਮ੍ਰਿਤਮਈ ਬਾਣੀ ਦੀ ਵਰਖਾ ਗੁਰੂ ਕੀਆਂ ਸੰਗਤਾਂ ਉੱਤੇ ਕਰ ਰਹੇ ਸਨ। ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਆਣ ਕੇ ਭਾਈ ਜੇਠਾ ਜੀ ਨੇ ਬੇਨਤੀ ਕੀਤੀ, ਦਾਤਾ ਜਿਹੜਾ ਘੋੜਾ ਬਾਬਾ ਵਿਧੀ ਚੰਦ ਲੈ ਕੇ ਆਇਆ ਲਾਹੌਰ ਦੀ ਧਰਤੀ ਤੋਂ, ਉਹਨੇ ਦਾਣਾ ਪੱਠਾ ਖਾਣਾ ਛੱਡ ਦਿੱਤਾ ਹੈ। ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਜਿਵੇਂ ਬਾਬਾ ਜੇਠਾ ਜੀ ਬੇਨਤੀਆਂ ਕਰਦੇ ਨੇ, ਉਸ ਵੇਲੇ ਦੀ ਵਾਰਤਾ ਆਪ ਜੀ ਦੇ ਸਨਮੁਖ ਉਹ ਬੇਨਤੀ ਕੀਤੀ ਜਾ ਰਹੀ ਜੀ। ਬਾਬੇ ਜੇਠੇ ਨੇ ਇੱਕ ਦਿਨ ਅਰਜ ਕੀਤੀ, ਸੱਜੀਆਂ ਸੰਗਤਾਂ ਵਿੱਚ ਦਰਬਾਰ ਕੇ ਜੀ, ਘੋੜਾ ਤੁਸਾਂ ਦਾ ਬਹੁਤ ਬਿਮਾਰ ਹੋਇਆ, ਰੋਈ ਜਾ ਰਿਹਾ ਪੁੱਬਾਂ ਨੂੰ ਮਾਰ ਕੇ ਜੀ। ਡਾਕਟਰਾਂ ਨੇ ਠੀਕ ਇਲਾਜ ਕੀਤੇ, ਮਸਾਲੇ ਦਿੰਦੇ ਰਹੇ ਮੜੇਦਾਰ ਕੇ ਜੀ, ਸਗੋਂ ਨੜੇ ਦੇ ਵਾਂਗਰਾਂ ਸੁੱਕ ਗਿਆ ਜੇ, ਨਜ਼ਰ ਆਵਦਾ ਵਾਂਗ ਬਿਮਾਰ ਕੇ ਜੀ। ਬਾਬੇ ਜੇਠੇ ਨੇ ਇੱਕ ਦਿਨ ਅਰਜ ਕੀਤੀ, ਸੱਜੀਆਂ ਸੰਗਤਾਂ ਵਿੱਚ ਦਰਬਾਰ ਕੇ ਜੀ, ਘੋੜਾ ਤੁਸਾਂ ਦਾ ਬਹੁਤ ਬਿਮਾਰ ਹੋਇਆ, ਰੋਈ ਜਾ ਰਿਹਾ ਪੁੱਬਾਂ ਨੂੰ ਮਾਰ ਕੇ ਜੀ। ਡਾਕਟਰਾਂ ਨੇ ਠੀਕ ਇਲਾਜ ਕੀਤੇ, ਦਿੰਦੇ ਰਹੇ ਮਸਾਲੇ ਮਜ਼ੇਦਾਰ ਕੇ ਜੀ, ਸਗੋਂ ਨੜੇ ਦੇ ਵਾਂਗਰਾ ਸੁੱਕ ਗਿਆ ਜੇ, ਨਜ਼ਰ ਆਵਦਾ ਵਾਂਗ ਬਿਮਾਰ ਕੇ ਜੀ। ਓ ਦੂਜੇ ਘੋੜੇ ਦੇ ਵਾਂਗ ਦਲਗੀਰ ਹੋਇਆ, ਤੰਗ ਆ ਗਿਆ ਬਾਜ ਪਿਆਰ ਕੇ ਜੀ, ਚੜੀ ਸ਼ੈਪੁਰਾਂ ਦੀ ਘੋੜੇ ਲਾ ਦਿੱਤੀ, ਵਰਖਾ ਹੋ ਰਹੀ ਮੂਸਲੇ ਤਾਰ ਕੇ ਜੀ। ਭਾਗਾ ਪਰੀ ਦਾ ਮਰ ਸੁਹਾਗ ਜਾਵੇ, ਹੰਝੂ ਡੋਲ ਦੀ ਵੇਲੇ ਸਸਕਾਰ ਕੇ ਜੀ, ਅੰਦਲਾ ਅੰਦਲੀ ਰੂਮ ਦੇ ਪੁੱਤ ਬਾਜੋ ਪੁੱਤ ਆਏ ਨੇ ਖੂਹ ਵਿੱਚ ਡਾਲ ਕੇ ਜੀ। ਜਿਵੇਂ ਇਸ਼ਰਾਂ ਪੁੱਤ ਨੂੰ ਪਈ ਰੋਂਦੀ, ਜਿਵੇਂ ਇਸ਼ਰਾਂ
ਆਇਆ ਪੁੱਤ ਨੂੰ ਪਈ ਰੋਂਦੀ ਪੁੱਤ ਆਏ ਨੇ ਖੂਹ ਵਿੱਚ ਡਾਰ ਕੇ ਜੀ ਵਿੱਚ ਥਲਾਂ ਦੇ ਸੱਸੀ ਨਹੀਂ ਚੁੱਪ ਕਰਦੀ ਪੁੰਨੂ ਪੁੰਨੂ ਕਹਿ ਰਹੀ ਪੁਕਾਰ ਕੇ ਜੀ ਕੱਲੇ ਕੂੰਜ ਇਸ ਮਾਨ ਵਿੱਚ ਥਰੇ ਪਾਉਂਦੀ ਮਾਨ ਵਿੱਚ ਫਿਰੇ ਪਾਉਂਦੀ ਵਿਛੜ ਗਈ ਜੋ ਵਿੱਚੋਂ ਪਰਿਵਾਰ ਕੇ ਜੀ ਉਹ ਪਚੀਤੀ ਚੰਦ ਚਕੋਰ ਦੀ ਟੁੱਟ ਗਈ ਏ ਬਿਨਾਂ ਤਾਰਿਆਂ ਰਾਤ ਸ਼ਮਾਰ ਕੇ ਜੀ ਪਾਣੀ ਬਿਨਾਂ ਜਿਉਂ ਤੜਫਦੀ ਰਹੇ ਮੱਛੀ ਮਰ ਜਾਏਗੀ ਅੰਤ ਨੂੰ ਹਾਰ ਕੇ ਜੀ ਘੋੜੇ ਨਾਲ ਮਸਾਲਾਂ ਸਭ ਮਿਲਦੀਆਂ ਨੇ ਤੁਸਾਂ ਸਮਝਣਾ ਨਾਲ ਪਿਆਰ ਕੇ ਜੀ ਮੇਰੀ ਸੇਵਾ ਵਿੱਚ ਕੋਈ ਨਾ ਫਰਕ ਜਾਪੇ ਸੱਚ ਕਹਿ ਰਿਹਾ ਅੱਗੇ ਸਰਕਾਰ ਕੇ ਜੀ ਇਹਨੂੰ ਰੋਗ ਹੈ ਖਾਸ ਗੁਲਬਾਗ ਵਾਲਾ ਸਿਆਣੇ ਦੱਸ ਗਏ ਐਨ ਵਿਚਾਰ ਕੇ ਜੀ ਜਾਂ ਤਾਂ ਚੱਲ ਵੇਖੋ ਘੋੜਾ ਹੋ ਗਿਆ ਵਾਂਗ ਬਿਮਾਰ ਕੇ ਜੀ ਮੋਣ ਸਿੰਘਾਂ ਨਾ ਮੇਰੇ ਤੇ ਉਜਰ ਆਵੇ ਅਸੀਂ ਭੁੱਖੇ ਹਾਂ ਤੇਰੇ ਪਿਆਰ ਕੇ ਜੀ ਇਸ ਤਰ੍ਹਾਂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਭਾਈ ਜੇਠਾ ਜੀ ਨੇ ਬੇਨਤੀ ਕੀਤੀ ਦਾਤਾ ਘੋੜਾ ਨੜੇ ਵਾਂਗ ਸੁੱਕਦਾ ਤੁਰਿਆ ਜਾਂਦਾ ਹੈ ਬੜੇ ਇਲਾਜ ਕੀਤੇ ਨੇ ਬੜੇ ਦਾਰੂ ਦਵਾ ਦਿੱਤੀਆਂ ਨੇ ਪਰ ਰਾਜੀ ਹੋਣ 'ਤੇ ਨਹੀਂ ਆ ਰਹੇ ਮੈਂ ਬੇਨਤੀ ਕਰਦਾ ਹਾਂ ਸੱਚੇ ਪਾਤਸ਼ਾਹ ਮਹਾਰਾਜ ਕਿਸੇ ਸਿੱਖ ਦੀ ਡਿਊਟੀ ਲਾ ਦਿੱਤੀ ਜਾਵੇ ਘੋੜਾ ਜਿਹੜਾ ਲਾਹੌਰ ਦੀ ਧਰਤੀ ਉੱਤੇ ਹੈ ਉਹ ਵੀ ਤੁਹਾਡੇ ਚਰਨਾਂ ਵਿੱਚ ਪਹੁੰਚ ਜਾਵੇ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਇਸ ਤਰ੍ਹਾਂ ਭਾਈ ਜੇਠਾ ਜੀ ਨੇ ਬੇਨਤੀਆਂ ਕੀਤੀਆਂ ਇਸ ਤੋਂ ਅੱਗੇ ਕੀ ਹੋਇਆ ਸਮਾਂ ਇਜਾਜ਼ਤ ਨਹੀਂ ਦਿੰਦਾ ਕੋਈ ਅਰਦਾਸੇ ਨੇ ਸਾਡੇ ਸਤਿਕਾਰਯੋਗ ਭਾਈ ਸਾਹਿਬ ਭਾਈ ਦਿਲਬਾਗ ਸਿੰਘ ਜੀ ਚੇਅਰਮੈਨ ਸਾਹਿਬ ਵਡਾਲੀ ਤੋਂ ਢਾਡੀ ਹਰਭਜਨ ਸਿੰਘ ਜੀ ਚੰਗਿਆੜਾ ਦੀ ਤੰਦਰੁਸਤੀ ਵਾਸਤੇ ਅਰਦਾਸ ਕਰਾਉਂਦੇ ਨੇ ਗੁਰਦੇਵ ਪਾਤਸ਼ਾਹ ਮਹਾਰਾਜ ਚੜ੍ਹਦੀਆਂ ਕਲਾਕਾਰਨ ਪੰਜਾਬ ਪ੍ਰਦੇਸ਼ ਡੱਲਾ ਯੂਨੀਅਨ ਦੇ ਪ੍ਰਧਾਨ ਭਾਈ ਬੱਬੂ ਜੀ ਉਹਨਾਂ ਵੱਲੋਂ ਬਹੁਤ ਸਾਰਾ ਮਾਣ ਹੈ ਵੀਰ ਜੀ ਅਰਦਾਸ ਕਰਾਉਂਦੇ ਨੇ ਸੱਚੇ ਪਾਤਸ਼ਾਹ ਮਹਾਰਾਜ ਜੀ ਉਹਨਾਂ ਦੀ ਆਸ ਮੁਰਾਦ ਪੂਰੀ ਹੋ ਜਾਵੇ ਮਨ ਦੀਆਂ ਭਾਵਨਾ ਸੰਪੂਰਨ ਕਰਨ ਭਾਈ ਗੁਰਪ੍ਰੀਤ ਸਿੰਘ ਜੀ ਵਡਾਲੀ ਤੋਂ ਬਹੁਤ ਮਾਣ ਕਰਦੇ ਨੇ ਭਾਈ ਸਾਹਿਬ ਸਿੰਘ ਜੀ ਅਟਾਰੀ ਤੋਂ ਪਹੁੰਚ ਕੇ ਗੁਰਦੇਵ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਦਾਰੇ ਕਰ ਰਹੇ ਨੇ ਭਾਈ ਗੁਰਵਿੰਦਰ ਸਿੰਘ ਜੀ ਪਰਦੇਸ ਚੱਲੇ ਨੇ ਗੁਰਦੇਵ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਦੇ ਨੇ ਕਿ ਸੱਚੇ ਪਾਤਸ਼ਾਹ ਮਹਾਰਾਜ ਅੰਗ ਸੰਗ ਸਹਾਈ ਹੋਣਾ ਭਾਈ ਮਨਪ੍ਰੀਤ ਸਿੰਘ ਜੀ ਗੁਮਾਨਪੁਰੀ ਉਹਨਾਂ ਵੱਲੋਂ ਬਹੁਤ ਸਾਰਾ ਮਾਣ ਹੈ ਸਤਿਗੁਰ ਚੜ੍ਹਦੀਆਂ ਕਲਾਕਾਰਨ ਭਾਈ ਹਰਜਿੰਦਰ ਸਿੰਘ ਜੀ ਦੀ ਜ਼ਮਾਨਤ ਹੋ ਜਾਵੇ ਗੁਰਦੇਵ ਪਾਤਸ਼ਾਹ ਮਹਾਰਾਜ ਮਨ ਦੀਆਂ ਭਾਵਨਾ ਸੰਪੂਰੀਆਂ ਕਰਨ ਗੁਰਪ੍ਰੀਤ ਸਿੰਘ ਜੀ ਦੇ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਹੈ ਗੁਰਦੇਵ ਪਾਤਸ਼ਾਹ ਮਹਾਰਾਜ ਚੜ੍ਹਦੀਆਂ ਕਲਾਕਾਰਨ ਮਨ ਦੀਆਂ ਭਾਵਨਾ ਸੰਪੂਰਨ ਕਰਨ ਭੈਣ ਜੀ ਅਰਦਾਸ ਕਰਾਉਂਦੇ ਨੇ ਕਿ ਇਹਨਾਂ ਦਾ ਬੇਟਾ ਪਰਦੇਸ ਚਲਿਆ ਜਾਵੇ ਗੁਰਦੇਵ ਪਾਤਸ਼ਾਹ ਚੜ੍ਹਦੀਆਂ ਕਲਾਕਾਰਨ ਧੰਨਵਾਦ ਸਾਡੇ ਸਤਿਕਾਰਯੋਗ ਮੈਨੇਜਰ ਭਾਈ ਸਾਹਿਬ ਭਾਈ ਜਗਤਾਰ ਸਿੰਘ ਜੀ ਸਮੁੱਚੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਸੇਵਾਦਾਰ ਪ੍ਰਬੰਧਕ ਕਮੇਟੀ ਤਿੰਨਾਂ ਦਾ ਧੰਨਵਾਦ ਸਮੁੱਚੀ ਸਾਧ ਸੰਗਤ ਦਾ ਧੰਨਵਾਦ ਭਾਈ ਖਜਾਨ ਸਿੰਘ ਜੀ ਅਤੇ ਭਾਈ ਸੁਖਵੰਤ ਸਿੰਘ ਜੀ ਪ੍ਰਚਾਰਕ ਸਿੰਘ ਸਾਹਿਬਾਨ ਦਾ ਬਹੁਤ ਬਹੁਤ ਧੰਨਵਾਦ ਹੈ ਹਰਨੇਕ ਸਿੰਘ ਹਰਤੇਜ ਸਿੰਘ ਜੀ ਉਹਨਾਂ ਵੱਲੋਂ ਬਹੁਤ ਸਾਰਾ ਮਾਣ ਹੈ ਸਭ ਤੋਂ ਵੱਧ ਧੰਨਵਾਦ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਅਤੇ ਗੁਰਦੇਵ ਪਾਤਸ਼ਾਹ ਮਹਾਰਾਜ ਫਰਮਾਨ ਕਰਦੇ ਨੇ
ਗੁਰਬਿਨ ਘੋਰੇ ਅੰਧਾਰ ਗੁਰੂ ਬਿਨ ਸਮਝ ਨਾ ਆਵੇ ਗੁਰਬਿਨ ਸੁਰਤ ਨ ਸਿੱਧ ਗੁਰੂ ਬਿਨ ਮੁਕਤ ਨਾ ਪਾਵੇ ਸਤਿਗੁਰੂ ਬਾਜੋ ਗੁਰਨੀ ਕੋਈ ਨਗੁਰੇ ਕਾਹੈ ਨਾ ਬੁਰਾ ਝੂਠੇ ਗੁਰੂਆਂ ਦਾ ਖਹਿੜਾ ਛੱਡੀਏ ਸੱਚੇ ਗੁਰੂ ਦੇ ਲੜ ਲੱਗੀਏ ਬਾਣੀ ਅਤੇ ਬਾਣੇ ਦੇ ਧਾਰਨੀ ਹੋਈਏ ਵੀਰ ਜੀ ਸਰਬੱਤ ਦੇ ਭਲੇ ਵਾਸਤੇ ਅਰਦਾਸ ਕਰਾਉਂਦੇ ਨੇ ਇਹਨਾਂ ਕੁਝ ਕਹਿੰਦੇ ਹੋਏ ਖਿਮਾ ਦੇ ਜਾਚਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ ਹੋਏ ਸਨ ਗਿਆਨੀ ਰਣਜੀਤ ਸਿੰਘ ਜੀ ਅਤੇ ਉਹਨਾਂ ਦਾ ਕਵੀਸ਼ਰੀ ਜਥਾ ਜੋ ਕਿ ਆਪ ਸੰਗਤਾਂ ਨੂੰ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦਾ ਇਤਿਹਾਸ ਸਰਵਣ ਕਰਵਾ ਰਹੇ ਸਨ ਬਹੁਤ ਬਹੁਤ ਧੰਨਵਾਦ ਹੈ। ਸੋ ਆਓ ਕਵੀਸ਼ਰ ਜਥੇ ਤੋਂ ਬਾਅਦ ਹੁਣ ਆਪ ਸੰਗਤਾਂ ਦੇ ਦਰਸ਼ਨ ਕਰਨਗੇ ਗਿਆਨੀ ਗੁਰਪ੍ਰਤਾਪ ਸਿੰਘ ਜੀ ਪਦਮ ਅਤੇ ਉਹਨਾਂ ਦਾ ਢਾਡੀ ਜਥਾ। ਢਾਡੀ ਜਥੇ ਦੀ ਆਰੰਭਤਾ ਕਰਨ ਤੋਂ ਪਹਿਲਾਂ ਮੈਂ ਇੱਕ ਬੇਨਤੀ ਆਪ ਸੰਗਤਾਂ ਦੀ ਸੇਵਾ ਦੇ ਵਿੱਚ ਕਰਨੀ ਹੈ ਕਿ ਇਸੇ ਹੀ ਅਸਥਾਨ ਦੇ ਉੱਤੇ ਮਿਤੀ 17 ਜੂਨ ਵਾਲੇ ਦਿਨ ਅਖੰਡ ਕੀਰਤਨੀ ਜਥਾ ਇੰਟਰਨੈਸ਼ਨਲ ਦੇ ਵੱਲੋਂ ਰਹਿਣ ਸਬਾਈ ਕੀਰਤਨ ਦਰਬਾਰ ਜੋ ਹਰ ਸਾਲ ਇਸ ਅਸਥਾਨ ਦੇ ਉੱਤੇ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਸਾਹਿਬ ਜੀ ਦੇ ਆਗਮਨ ਪੁਰਬ ਦੇ ਸੰਬੰਧ ਦੇ ਵਿੱਚ ਕਰਵਾਇਆ ਜਾਂਦਾ ਹੈ ਆਪ ਸੰਗਤਾਂ ਦੇ ਸਹਿਯੋਗ ਦੇ ਨਾਲ। ਸੋ ਉਹ ਕੀਰਤਨ ਰਹਿਣ ਸਬਾਈ ਕੀਰਤਨ ਮਿਤੀ 17 ਜੂਨ ਨੂੰ ਸ਼ਾਮ ਤੋਂ ਆਰੰਭ ਹੋ ਜਾਣਾ ਹੈ ਜੋ ਰਹਿਣ ਸਬਾਈ ਚੱਲਣਾ ਹੈ ਉਹਦੇ ਵਿੱਚ ਆਪ ਸਾਰੀਆਂ ਸੰਗਤਾਂ ਨੂੰ ਹਾਜ਼ਰੀਆਂ ਭਰਨ ਦੇ ਵਾਸਤੇ ਉਸ ਸੰਸਥਾ ਦੇ ਵੱਲੋਂ ਅਖੰਡ ਕੀਰਤਨੀ ਜਥੇ ਦੇ ਵੱਲੋਂ ਬੇਨਤੀ ਕੀਤੀ ਜਾਂਦੀ ਹੈ। ਅਤੇ ਗੁਰੂ ਪਿਆਰੀ ਸਾਧ ਸੰਗਤ ਜੀ ਇੱਕ ਹੋਰ ਬੇਨਤੀ ਕਿ ਆ ਮੋਟਰਸਾਈਕਲ ਦੀ ਚਾਬੀ ਕਿਸੇ ਦੀ ਗੁੰਮ ਹੋਈ ਸਟੇਜ ਦੇ ਉੱਪਰ ਸਾਡੇ ਪਾਸ ਪਹੁੰਚੀ ਹੈ ਜਿਸ ਕਿਸੇ ਦੀ ਹੋਵੇ ਉਹ ਆ ਕੇ ਲੈ ਜਾਵੇ। ਅਤੇ ਦੂਸਰੀ ਬੇਨਤੀ ਜੋ ਆਪ ਪਹਿਲਾਂ ਵੀ ਆਪ ਦੀ ਸੇਵਾ 'ਚ ਕੀਤੀ ਸੀ ਕਿ ਡਾਕਟਰ ਅਜੇ ਪਾਲ ਸਿੰਘ ਅਤੇ ਵਿਕਾਸ ਸ਼ਰਮਾ ਡਾਕਟਰ ਸਾਹਿਬਾਨ ਇਹਨਾਂ ਦੇ ਵੱਲੋਂ ਫ੍ਰੀ ਮੈਡੀਕਲ ਕੈਂਪ ਜੋ ਹੈ ਗੁਰਦੁਆਰਾ ਸਾਹਿਬ ਦੇ ਮੇਨ ਗੇਟ ਦੇ ਬਿਲਕੁਲ ਸਾਹਮਣੇ ਜਿੱਥੇ ਸ਼ਬੀਲ ਹੈ ਉੱਥੇ ਲਗਾਇਆ ਗਿਆ ਹੈ। ਹਰ ਤਰ੍ਹਾਂ ਦੀ ਬਿਮਾਰੀਆਂ ਦਾ ਇਲਾਜ ਅਤੇ ਲੋੜਵੰਦਾਂ ਨੂੰ ਦਵਾਈਆਂ ਵੀ ਦਿੱਤੀਆਂ ਜਾ ਰਹੀਆਂ ਹਨ। ਸੋ ਜੋ ਵੀ ਆਈਆਂ ਸੰਗਤਾਂ ਦੇ ਵਿੱਚੋਂ ਵੀਰ ਪੈਣ ਵਾਈ ਉਹਨਾਂ ਦੀ ਜੋ ਹੈ ਉਹ ਉੱਥੋਂ ਦਵਾਈਆਂ ਪ੍ਰਾਪਤ ਕਰ ਸਕਦੇ ਹਨ। ਗੁਰਪ੍ਰੀਤ ਸਿੰਘ ਦੀ ਚੜ੍ਹਦੀ ਕਲਾ ਦੀ ਅਰਦਾਸ ਦੇ ਵਾਸਤੇ ਮਾਇਆ ਭੇਜੀ ਗਈ ਹੈ ਬਹੁਤ ਬਹੁਤ। ਸੋ ਆਓ ਹੁਣ ਗਿਆਨੀ ਗੁਰਪ੍ਰਤਾਪ ਸਿੰਘ ਜੀ ਪਦਮ ਦਾ ਢਾਡੀ ਜਥਾ ਉਹ ਆਪ ਸੰਗਤਾਂ ਦੇ ਦਰਸ਼ਨ ਕਰੇਗਾ ਜੀ ਬੜੇ ਪਿਆਰ ਸਤਿਕਾਰ ਦੇ ਨਾਲ ਸਰਵਣ ਕਰੋ ਜੀ।